ਹਮੇਸ਼ਾ ਕੋਸ਼ਿਸ਼ ਕਰੋ ਕਿ ਇਨ ਅੱਖੀਓ ਸੇ ਕਿਸੀ ਕੋ ਦੇਖ ਕੇ ਕਿਸੀ ਦੀ ਮਦਦ ਹੋ ਸਕੇ। ਇਸ ਮੇਲੇ ਚ ਕਿਸੇ ਦਾ ਦਿਲ ਨਾ ਦੁੱਖ ਜਾਵੇ ਸਾਡੇ ਹੱਥੋਂ, ਇਹ ਦੁਆ ਕਰਿਆ ਕਰੋ ਹਰ ਟਾਈਮ। ਤੇ ਜੇ ਦਿਨ ਚੰਗੇ ਨੇ ਤਾਂ ਮਾੜ ਨਾ ਕਰੀ, ਦਿਨ ਮਾੜੇ ਨਹੀਂ ਆ। ਅੱਜ ਹਰ ਦੂਜਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ। ਰੀਜ਼ਨ ਕੁਛ ਸੁਣਨ ਵਾਲਾ ਹੀ ਹੈ। ਲੋਕ ਕਹਿੰਦੇ ਨੇ ਕਰਾਮਾਤ ਨਹੀਂ ਹੁੰਦੀ, ਕ੍ਰਿਸ਼ਮਾ ਨਹੀਂ ਹੁੰਦਾ। ਮੇਰੇ ਨਾਲ ਹੁੰਦਾ, ਜਦੋਂ ਤਲਾਬ ਭਰਿਆ ਹੁੰਦਾ ਨਾ ਤਾਂ ਮੱਛਲੀਆਂ ਚੀਟੀਆਂ ਨੂੰ ਖਾਂਦੀਆਂ, ਤਾਂ ਤਲਾਬ ਖਾਲੀ ਹੁੰਦਾ ਫਿਰ ਚੀਟੀਆਂ ਮੱਛਲੀਆਂ ਨੂੰ ਖਾਂਦੀਆਂ। He is on a mission to transform the nation, not only India, to make our country number one in the world, because his NGO first was cashless NGO. Over to you, Anmol Tuhatla sir. Thank you sir. ਵੈਸੇ ਤਾਂ ਮੈਂ ਇੰਨੀ ਵੱਡੀ ਇੰਟਰੋਡਕਸ਼ਨ ਦਾ ਮੌਕਾ ਨਹੀਂ ਹੈ, ਛੋਟਾ ਜਿਹਾ ਮੈਂ ਇਨਸਾਨ ਹਾਂ। ਪੰਜਾਬੀ ਸਮਝ ਲਓਗੇ ਨਾ ਸਾਰੇ। ਮੈਂ ਥੋੜ੍ਹਾ ਜਿਹਾ ਕੰਫਰਟ ਜ਼ੋਨ ਪੰਜਾਬੀ ਸੀ, ਬਹੁਤ ਕਰਮਾਂ ਵਾਲਾ। ਮੇਰੇ ਮਾਂ ਬਾਪ ਦੇ ਕਰਮ ਚੰਗੇ ਨੇ ਕਿ ਮੈਨੂੰ ਐਸੇ ਘਰ ਦੇ ਵਿੱਚ ਜਨਮ ਮਿਲਿਆ। ਉਸ ਤੋਂ ਬਾਅਦ ਤੁਸੀਂ ਸਾਰੇ ਜਿਹਨਾਂ ਦੇ ਵਿੱਚ ਮੈਨੂੰ ਪਰਮਾਤਮਾ ਨੇ ਭੇਜਿਆ, ਅਤੇ ਤੁਸੀਂ ਸਾਰੇ ਮੈਨੂੰ ਇੰਨਾ ਪਿਆਰ ਕਰਦੇ ਹੋ, ਅਤੇ ਮੈਂ ਜਦੋਂ ਵੀ ਕਿਸੇ ਸਕੂਲ ਕਾਲਜ ਦੇ ਵਿੱਚ ਜਾਂਦਾ ਨਾ, ਮੈਨੂੰ ਇਹ ਮੰਦਰ ਗੁਰਦੁਆਰੇ ਤੋਂ ਘੱਟ ਨਹੀਂ ਲੱਗਦੀ ਜਗ੍ਹਾ। ਹੁਣ ਵੀ ਮੈਂ ਕਿਸੇ ਸਕੂਲ ਸੀਗਾ, ਉੱਥੇ ਵੀ ਬੱਚਿਆਂ ਦਾ ਪੇਰੈਂਟਸ ਟੀਚਰ ਮੀਟਿੰਗ ਦਾ ਪ੍ਰੋਗਰਾਮ ਸੀ ਉਹਨਾਂ ਦਾ, ਉੱਥੇ ਮੈਂ ਮਾਵਾਂ ਨਾਲ ਗੱਲ ਕਰ ਰਿਹਾ ਸੀਗਾ ਬੱਚਿਆਂ ਦੀਆਂ, ਕਿ ਹੋਸਪਿਟਲ ਦੇ ਵਿੱਚ ਡਿਲੀਵਰੀ ਤੋਂ ਖੁਸ਼ੀ ਦੇ ਹੰਝੂ ਤੋਂ ਲੈ ਕੇ ਐਂਡ ਤੱਕ ਜਦੋਂ ਬੱਚੇ ਪੁੱਛਣੋਂ ਹਟ ਜਾਂਦੇ ਨੇ, ਉਹ ਹੰਝੂਆਂ ਤੱਕ ਦਾ ਸਫ਼ਰ। ਇੱਕ ਮਾਂ ਬਹੁਤ ਖੁਸ਼ ਹੁੰਦੀ ਜਦੋਂ ਉਹਦੇ ਘਰੇ ਬੱਚਾ ਜਨਮ ਲੈਂਦਾ, ਭਾਵੇਂ ਬੇਟਾ ਭਾਵੇਂ ਬੇਟੀ। ਬਾਪ ਬਹੁਤ ਖੁਸ਼ ਹੁੰਦਾ ਕਿ ਮੈਂ ਪਿਓ ਬਣ ਗਿਆ। ਉਸ ਦਿਨ ਤੋਂ ਲੈ ਕੇ ਉਹ ਖੁਸ਼ੀ ਦੇ ਹੰਝੂ ਹੁੰਦੇ ਨੇ, ਤੇ ਉਸ ਦਿਨ ਤੱਕ ਜਦੋਂ ਬੱਚੇ ਮਾਂ ਬਾਪ ਦੇ ਕਹਿਣੇ ਚੋਂ ਬਾਹਰ ਹੋ ਜਾਂਦੇ ਨੇ, ਮਾਂ ਬਾਪ ਨੂੰ ਪੁੱਛਦੇ ਨਹੀਂ, ਤੇ ਉਹ ਹੰਝੂ, ਇਹ ਸਾਰਾ ਸਫ਼ਰ ਜ਼ਿੰਦਗੀ ਦਾ ਤੁਸੀਂ ਜਿਹੜਾ ਬਿਤਾਇਆ ਉਹ ਕਾਹਦੇ ਲਈ ਬਿਤਾਇਆ। ਆਪਾਂ ਬਹੁਤ ਸਬਜੈਕਟ ਪੜ੍ਹ ਕੇ ਵੱਡੇ ਹੋਏ ਹਾਂ, ਸਕੂਲ ਦੇ ਵਿੱਚ 6-7 ਤਰ੍ਹਾਂ ਦੇ ਸਬਜੈਕਟ ਪੜ੍ਹਾਉਣ ਦੇ ਨਾਲ ਨਾਲ ਬੱਚੇ ਨੂੰ ਵੱਡਾ ਕੀਤਾ ਜਾਂਦਾ, ਪਰ ਇੱਕ ਸਭ ਤੋਂ ਮੇਜਰ ਸਬਜੈਕਟ ਜਿਹੜਾ ਅਸੀਂ ਸਾਰੇ ਭੁੱਲ ਜਾਂਦੇ ਹਾਂ, ਉਹ ਇਨਸਾਨੀਅਤ ਦਾ ਸਬਜੈਕਟ, ਹਿਊਮੈਨਿਟੀ। ਇਹ ਸਬਜੈਕਟ ਦੀ ਬਹੁਤ ਜ਼ਿਆਦਾ ਲੋੜ ਹੈ ਅੱਜ ਦੇ ਕਲਯੁਗ ਜ਼ਮਾਨੇ ਦੇ ਵਿੱਚ। ਕ੍ਰਿਸਮਸ ਦੇ ਨਾਲ ਨਾਲ ਸ਼ਹੀਦੀ ਦਿਹਾੜਿਆਂ ਬਾਰੇ ਵੀ ਬੱਚਿਆਂ ਨੂੰ ਦੱਸਣਾ ਚਾਹੀਦਾ, ਬਾਬਾ ਜ਼ੋਰਾਵਰ ਸਿੰਘ ਬਾਰੇ, ਬਾਬਾ ਅਜੀਤ ਸਿੰਘ ਬਾਰੇ। ਪਰ ਅੱਜ ਸਾਡੇ ਬੱਚਿਆਂ ਨੂੰ ਉਹਨਾਂ ਬਾਰੇ ਦੱਸਣ ਦੀ ਬਜਾਏ ਸਾਨੂੰ ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਕਿ ਬੇਟਾ ਤੂੰ ਫਸਟ ਕੈਸੇ ਆਉਣਾ। ਕਈ ਵਾਰੀ ਜ਼ਰੂਰੀ ਨਹੀਂ ਕਿ ਜ਼ਿੰਦਗੀ 'ਚ ਤੁਸੀਂ ਹਮੇਸ਼ਾ ਪਹਿਲੇ ਨੰਬਰ 'ਤੇ ਰਹਿਣਾ, ਸਾਡੇ ਕਰਮਾਂ ਦਾ ਜ਼ਿੰਦਗੀ 'ਚ ਬਹੁਤ ਵੱਡਾ ਰੋਲ ਹੈ। ਅੱਜ ਹਰ ਬੰਦਾ ਅੱਗੇ ਜਾਣਾ ਚਾਹੁੰਦਾ, ਪਰ ਅਫਸੋਸ ਕਿਸੇ ਨੂੰ ਕੱਟ ਕੇ ਉਹ ਆਪਣੀ ਜ਼ਿੰਦਗੀ ਦੀ ਲਕੀਰ ਨਹੀਂ ਵੱਡੀ ਕਰ ਰਿਹਾ, ਉਹ ਕਿਸੇ ਹੋਰ ਦੀ ਮਟੇ ਰਿਹਾ। ਅੱਜ ਕੱਲ੍ਹ ਬਿਜ਼ਨਸ ਮਾਡਲ ਦੇ ਵਿੱਚ ਇਹ ਸਮਝਾਇਆ ਜਾਂਦਾ ਕਿ ਦੂਜੇ ਦਾ ਨੁਕਸਾਨ ਕਿਵੇਂ ਕਰਨਾ, ਅੱਜ ਇਹ ਸਮਝਾਇਆ ਜਾਂਦਾ ਦੂਜੇ ਨੂੰ ਨੀਚੇ ਕਿਵੇਂ ਗੇਰਨਾ, ਉਹਦੀ ਬਜਾਏ ਜੇ ਇਹ ਫੋਕਸ ਕੀਤਾ ਜਾਵੇ ਕਿ ਤੂੰ ਅੱਗੇ ਕਿਵੇਂ ਜਾਣਾ। ਔਰ ਮੈਂ ਹਮੇਸ਼ਾ ਇੱਕ ਐਗਜ਼ਾਮਪਲ ਹਰ ਜਗ੍ਹਾ ਜਾ ਕੇ ਦਿੰਦਾ ਹੁੰਦਾ, ਤੁਹਾਡੇ ਅੱਗੇ ਵੀ ਜ਼ਰੂਰ ਰੱਖਦਾ, ਕਿ ਇੱਕ ਵਾਰੀ ਦੇਵਤਾ ਅਤੇ ਰਾਕਸ਼ਸ ਇਕੱਠੇ ਡਿਸਾਈਡ ਕਰਦੇ ਨੇ ਕਿ ਲੰਚ ਕਰਨਾ। ਬੜੀ ਵਧੀਆ ਐਗਜ਼ਾਮਪਲ ਹੈ, ਜਿਹਦੇ ਤੋਂ ਕੁਛ ਸਿੱਖ ਜਾਓ ਤੁਸੀਂ। ਉਹ ਇਕੱਠੇ ਡਿਸਾਈਡ ਕਰਦੇ ਨੇ ਕਿ ਅਸੀਂ ਲੰਚ ਕਰਦੇ ਹਾਂ, ਅਤੇ ਦੇਵਤਾ ਰਾਕਸ਼ਸਾਂ ਨੂੰ ਇਨਵਾਈਟ ਕਰਦੇ ਨੇ ਕਿ ਚਲੋ ਅੱਜ ਇਕੱਠੇ ਲੰਚ ਕਰਦੇ ਹਾਂ। ਪਰ ਇੱਕ ਸ਼ਰਤ ਹੈ, ਤੁਸੀਂ ਲੰਚ ਕਰਦੇ ਹੋਏ ਜਿਹੜੀ ਬਾਜੂ ਹੈ ਨਾ, ਉਹ ਫੋਲਡ ਨਹੀਂ ਕਰਨੀ, ਸਿੱਧੀ ਰੱਖਣੀ। ਤੇ ਰਾਕਸ਼ਸ ਕਹਿੰਦੇ ਕੋਈ ਗੱਲ ਨਹੀਂ, ਬਹਿ ਜਾਂਦੇ ਲਾਈਨ ਬਣਾ ਕੇ, ਉਹ ਭੋਜਨ ਚੱਕਦੇ ਆ, ਨਿਵਾਲਾ ਚੱਕਦੇ ਆ, ਬਾਹਰ ਕਰਨੀ ਨਹੀਂ ਟੇਂਡੀ ਤਾਂ ਮੂੰਹ 'ਚ ਪਾਣੀ ਪਾਉਂਦੇ, ਵਿਚਾਰੇ ਫੇਲ ਹੋ ਜਾਂਦੇ। ਫਿਰ ਦੇਵਤਾ ਦੀ ਵਾਰੀ ਆਉਂਦੀ ਹੈ, ਦੋ ਲਾਈਨਾਂ ਲਾ ਲੈਂਦੇ ਆਪਣੇ ਸਾਹਮਣੇ, ਇੱਕ ਨਿਵਾਲਾ ਚੱਕਦਾ ਦੂਜੇ ਦੇ ਮੂੰਹ 'ਚ, ਦੂਜਾ ਨਿਵਾਲਾ ਚੱਕਦਾ ਦੂਜੇ ਦੇ ਮੂੰਹ 'ਚ, ਜਿਹਦੇ ਨਾਲ ਦੋਨਾਂ ਦਾ ਪੇਟ ਭਰ ਦਿੰਦਾ। ਅੱਜ ਸਭ ਤੋਂ ਵੱਡੀ ਚੀਜ਼ ਜਿਹੜੀ ਇਨਸਾਨ ਭੁੱਲ ਰਿਹਾ ਉਹ ਹੈ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਖੁਸ਼ ਹੋਣਾ। ਅੱਜ ਲੋਕਾਂ ਨੂੰ ਆਪਣੇ ਗਮ ਨਹੀਂ ਹੈ ਇੰਨੇ, ਅੱਜ ਲੋਕਾਂ ਨੂੰ ਗਮ ਨੇ ਕਿ ਮੇਰੇ ਨਾਲ ਦੇ ਖੁਸ਼ ਕਿਉਂ ਨਾ, ਮੇਰਾ ਮੇਰਾ ਨਾਲ ਦਾ ਇੰਨਾ ਖੁਸ਼ ਕਿਉਂ ਹੋ ਰਿਹਾ ਹੈ। ਔਰ ਮੇਰੀ ਗੱਲ ਨੋਟ ਕਰਨਾ, ਆਮ 27 ਰਾਈਟ ਨਾਓ। ਮੈਂ ਕੱਲ੍ਹ ਵੀਡੀਓ 'ਚ ਕਿਹਾ ਬੇਟਾ ਮੈਂ 26 ਰਹਿਣਾ, ਕਹਿੰਦਾ ਤੂੰ 3 ਸਾਲਾਂ ਤੋਂ 26 ਦਾ ਹੀ ਤੁਰਿਆ। ਮੈਂ ਆਮ 96 ਫੋਰਮ,
ਤਾਂ 27-28 ਸਾਲ ਉਮਰ ਹੈ ਮੈਨੂੰ ਐਕਚੁਅਲੀ ਨਾ ਓਲਡ ਹੁੰਦੇ ਥੋੜਾ ਡਰ ਲੱਗਦਾ ਮੈਂ ਯੰਗ ਹੀ ਰਹਿਣਾ ਚਾਹੁੰਦਾ ਆਈ ਡੋਨਟ ਵਾਂਟ ਟੂ ਸਟੇ ਐਟ 26 ਤਾਂ ਪਰਮਾਤਮਾ ਨੇ ਬੜੀ ਸੋਹਣੀ ਜ਼ਿੰਦਗੀ ਦਿੱਤੀ ਹੈ ਹਰ ਬੰਦੇ ਨੂੰ ਉਹਦੇ ਕਰਮਾਂ ਦਾ ਫਲ ਮਿਲਣਾ ਤੁਸੀਂ ਸੜ ਲਓ ਖੁਸ਼ ਹੋ ਲਓ ਖੁਸ਼ ਹੋਣ ਦਾ ਇਹ ਫਾਇਦਾ ਮਿਲੂਗਾ ਕਿ ਪਰਮਾਤਮਾ ਜਦੋਂ ਤੁਹਾਡੇ ਕਰਮ ਲਿਖਿਆ ਹੋਵੇਗਾ ਚੱਲ ਯਾਰ ਇਹਨੇ ਕੁਛ ਚੱਜਦਾ ਤਾਂ ਲਿਖਿਆ ਨਹੀਂ ਕੁਛ ਇਹਨੇ ਚੱਜਦਾ ਤਾਂ ਕੀਤਾ ਨਹੀਂ ਪਰ ਚੱਲ ਯਾਰ ਇਹ ਦੂਜਿਆਂ ਦੀ ਖੁਸ਼ੀ ਖੁਸ਼ ਬਹੁਤ ਹੁੰਦਾ ਸੀ ਚਲੋ ਇਹਦੇ 4 ਕਰਮ ਚੰਗੇ ਲਿਖ ਲਓ ਪਰ ਜਦੋਂ ਰੱਬ ਲਿਖਣ ਦਿਆ ਨਾ ਕਹਿੰਦਾ ਯਾਰ ਸਾਰਾ ਦਿਨ ਤਾਂ ਸੜਦਾ ਰਹਿੰਦਾ ਇਹਦੇ ਮੂੰਹ ਚੋਂ ਕਿਸੇ ਨੂੰ ਵੀ ਗਾਲਾਂ ਕਢਾ ਲਓ ਸਾਰਾ ਦਿਨ ਯਾਰ ਉਹ ਮਿਸਟਰ ਤ੍ਰਿਪਾਠੀ ਚਲਦੇ ਗਏ ਸੀ ਯਾਰ ਉਹ ਮਿਸਟਰ ਸ਼ਰਮਾ ਯਾਰ ਬਹੁਤ ਅਕੜਾਤੇ ਯਾਰ ਸਾਨੂੰ ਤਾਂ ਕਈ ਵਾਰੀ ਵੀ ਲੱਗਦਾ ਕਿ ਕਿਸੇ ਨੂੰ ਸਕਸੈਸ ਐਂ ਮਿਲ ਗਈ ਐਂ ਅਸੀਂ ਕੌਣ ਜੱਜ ਕਰਨ ਵਾਲੇ ਕਿ ਕਿਸੇ ਕੋਈ ਖੁਸ਼ ਕਿਉਂ ਹੈ ਅਸੀਂ ਇੰਨੇ ਵੱਡੇ ਹੋ ਚੁੱਕੇ ਹਾਂ ਅੱਜ ਕਿ ਅਸੀਂ ਕਿਸੇ ਨੂੰ ਖੁਸ਼ ਦੇਖ ਕੇ ਇਹ ਕਹਿੰਦੇ ਹਾਂ ਉਹ ਇਹਦਾ ਤਾਂ ਤੁੱਕਾ ਲੱਗ ਗਿਆ ਯਾਰ ਇਹ ਇੰਨੇ ਜੋਗਾ ਕਿੱਥੇ ਆ ਸਾਨੂੰ ਆਪਣਾ ਪਤਾ ਹੋਣਾ ਚਾਹੀਦਾ ਕਿ ਅਸੀਂ ਕਿੰਨੇ ਜੋਗੇ ਹਾਂ ਅਸੀਂ ਜ਼ਿੰਦਗੀ 'ਚ ਕੀ ਕਰ ਰਹੇ ਹਾਂ ਜਦੋਂ ਪਰਮਾਤਮਾ ਕਰਮ ਲਿਖਦਾ ਨਾ ਉਹ ਮੇਰੀ ਸਪੀਚ ਦੇਖ ਕੇ ਕਰਮ ਨਹੀਂ ਲਿਖਦਾ ਕਿ ਅੱਜ ਅਨਮੋਲ ਨੇ ਸਿਟੀ ਯੂਨੀਵਰਸਿਟੀ 'ਚ ਕੀ ਭਾਸ਼ਣ ਦਿੱਤਾ ਚਲੋ ਇਹਦੇ ਕਰਮ ਲਿਖੋ ਉਹ ਕਹਿੰਦਾ ਅਸਲੀ 'ਚ ਅਨਮੋਲ ਕਿੱਦਾਂ ਦਾ ਇਹਦੇ ਦਿਲ 'ਚ ਕੀ ਹੈ ਇਹਦੀ ਜ਼ੁਬਾਨ 'ਚ ਕੀ ਹੈ ਅੱਜ ਇਨਸਾਨ ਸਭ ਤੋਂ ਵੱਡੀ ਚੀਜ਼ ਭੁੱਲ ਰਿਹਾ ਹੈ ਡਿਗਰੀਆਂ ਲੈ ਰਿਹਾ ਡਾਕਟਰ ਬਣ ਰਿਹਾ PhD ਕਰ ਰਿਹਾ ਪਰ ਇਨਸਾਨੀਅਤ ਕਿਸੇ ਨੂੰ ਦੇਖ ਕੇ ਖੁਸ਼ ਹੋਣਾ ਇਹ ਸਭ ਤੋਂ ਵੱਡੀ ਇਨਸਾਨੀਅਤ ਦੇ ਵਿੱਚ ਸਭ ਤੋਂ ਸੋਹਣੀ ਚੀਜ਼ ਹੈ ਜੇ ਤੁਹਾਨੂੰ ਆ ਜਾਵੇ ਤਾਂ ਮੈਂ ਲਿਖ ਕੇ ਦੱਸ ਸਕਦਾ ਇੱਕ ਕਵਾਲੀ ਸੁਣੀ ਸੀ ਨਾ ਕਵਾਲੀ ਕਹਿ ਤਾਂ ਪੁਰਾਣਿਆਂ ਦੇ ਵਿੱਚ ਇੱਕ ਸੁਣੀ ਸੀ ਕਹਾਵਤ ਕਿ ਜਦੋਂ ਇੱਕ ਬੰਦੇ ਦੀ ਸਿੱਧੀ ਰਹਿੰਦੀ ਹੈ ਨਾ ਜਦੋਂ ਉਹਦਾ ਟਾਈਮ ਆਉਂਦਾ ਤਾਂ ਉਹਦਾ ਫਿਰ ਪਰਮਾਤਮਾ 4 ਨੰਬਰ ਉਹਦੇ ਘੱਟ ਵੀ ਹੋਣਾ ਕਿਸ ਚੀਜ਼ ਦੇ ਵਿੱਚ ਤਾਂ ਵੀ ਉਹਦੀ ਚੜ੍ਹਾਈ ਹੋ ਜਾਂਦੀ ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ ਇਹਦਾ ਮਤਲਬ ਹੈ ਕਿ ਜਦੋਂ ਤੁਹਾਡੇ ਕਰਮ ਚੰਗੇ ਨੇ ਨਾ ਫਿਰ ਤੁਹਾਡੀ ਡਿਗਰੀ ਨਹੀਂ ਦੇਖੀ ਜਾਂਦੀ ਤੁਹਾਡਾ ਕੁਛ ਨਹੀਂ ਦੇਖਿਆ ਜਾਂਦਾ ਸਿਰਫ ਇਹ ਦੇਖਿਆ ਜਾਂਦਾ ਕਿ ਇਹਦੀ ਨੇਚਰ ਕਿੱਦਾਂ ਦੀ ਇਹਦੇ ਅੰਦਰ ਕੀ ਚੱਲ ਰਿਹਾ ਤੁਸੀਂ ਹੁਣ ਤਰ੍ਹਾਂ ਤਰ੍ਹਾਂ ਦੇ ਬਿਜ਼ਨਸ ਮਾਡਲਸ ਸ਼ੇਅਰ ਕਰ ਰਹੇ ਹੋ ਤੇ ਹਰ ਬੰਦੇ ਦੀ ਰੇਸ ਲੱਗੀ ਹੋਈ ਹੈ ਮੈਂ ਅਮੀਰ ਬਣਨਾ ਮੈਂ ਕਾਮਯਾਬ ਬਣਨਾ ਕਦੀ ਬਹਿ ਕੇ ਸ਼ਾਂਤੀ ਨਾਲ ਪੁੱਛੋ ਤਾਂ ਸੀ ਕਿਹਦੇ ਲਈ ਬਣਨਾ ਜਿਹਦੇ ਵਰਗਾ ਬਣਨਾ ਚਾਹੁੰਦੇ ਉਹਨੂੰ ਬਹਿ ਕੇ ਇੱਕ ਵਾਰੀ ਪੁੱਛੋ ਤਾਂ ਸੀ ਕਿ ਮੈਂ ਤੇਰੇ ਵਰਗਾ ਜ਼ਿੰਦਗੀ 'ਚ ਬਣਨਾ ਚਾਹੁੰਦਾ ਤੂੰ ਖੁਸ਼ ਹੈ ਜੇ ਖੁਸ਼ ਹੈ ਮੈਂ ਤਾਂ ਉਸ ਸਪੀਡ 'ਤੇ ਚੱਲਾਂ ਇੱਕ ਬਿਜ਼ਨਸਮੈਨ ਹੈ ਫੋਰ ਐਗਜ਼ਾਮਪਲ ਤੁਸੀਂ ਉਹਦਾ ਜਗ੍ਹਾ ਬਣਨਾ ਚਾਹੁੰਦੇ ਹੋ ਤੁਸੀਂ 30 ਸਾਲ ਗਾਲੇ ਉਸ ਬੰਦੇ ਦੀ ਜਗ੍ਹਾ 'ਤੇ ਪਹੁੰਚਣ ਲਈ ਉੱਥੇ ਜਾ ਕੇ ਤੁਹਾਨੂੰ ਪਤਾ ਮਿਲਿਆ ਯਾਰ ਮੈਂ ਖੁਸ਼ ਤਾਂ ਹੈ ਹੀ ਨਹੀਂ ਖੁਸ਼ੀ ਕਿੱਦਾਂ ਮਿਲੇਗੀ ਇਸ ਦੁਨੀਆਂ ਦੇ ਵਿੱਚ ਤਮਾ ਨਾਮ ਦੀ ਚੀਜ਼ ਹੈ ਜਿਹੜੀ ਕਦੀ ਨਹੀਂ ਮੁੱਕਦੀ ਨਾ ਕਦੀ ਮੁੱਕਣੀ ਹੈ ਹਰ ਬੰਦਾ ਰੇਸ ਦੇ ਵਿੱਚ ਲੱਗਿਆ ਹੋਇਆ ਕਿ ਮੈਂ ਅਮੀਰ ਆਦਮੀ ਬਣਨਾ ਮੈਂ ਦਾ ਬੈਸਟ ਬਣਨਾ ਪਰ ਅਸੀਂ ਕਰੀਅਰ ਬਣਾਉਣ ਦੇ ਵਿੱਚ ਜ਼ਿੰਦਗੀ ਬਣਾਉਣ ਦੇ ਵਿੱਚ ਜ਼ਿੰਦਗੀ ਜੀਣਾ ਭੁੱਲ ਰਹੇ ਅੱਜ ਹਰ ਬੰਦਾ ਕਰੀਅਰ ਬਣਾਉਣਾ ਚਾਹੁੰਦਾ ਅਮੀਰ ਬਣਨਾ ਚਾਹੁੰਦਾ ਮੈਂ ਆਹ ਚਾਹੁੰਦਾ ਮੈਂ ਉਹ ਚਾਹੁੰਦਾ ਪਰ ਉਹਦੇ ਚੱਕਰ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਅਸੀਂ ਭੁੱਲ ਰਹੇ ਹਾਂ ਉਹ ਜੀਣਾ ਭੁੱਲ ਰਹੇ ਹਾਂ ਅਸੀਂ ਸਾਰੇ ਔਰ ਮੇਰਾ ਇੱਥੇ ਕੋਈ ਭਾਸ਼ਣ ਦੇਣ ਦਾ ਕੋਈ ਏਡਾ ਵੱਡਾ ਮਕਸਦ ਨਹੀਂ ਹੈ ਕਿ ਮੈਂ ਤੁਹਾਨੂੰ ਕੁਝ ਸਿਖਾ ਕੇ ਜਾਵਾਂ ਮੈਂ ਕੁਝ ਸਿੱਖਣ ਆਇਆ ਤੁਹਾਡੇ ਕੋਲ ਤੁਸੀਂ ਸਾਰੇ ਅਲੱਗ ਅਲੱਗ ਸਟੇਟਾਂ ਦੇ ਵਿੱਚ ਇੱਥੋਂ ਆਏ ਹੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਤੁਹਾਡੇ ਚਰਨਾਂ ਦੇ ਵਿੱਚ ਕਿ ਤੁਸੀਂ ਐਗਜ਼ਾਮਪਲ ਸੈੱਟ ਕਰੋ ਉਹ ਦੇਵਤਾਵਾਂ ਵਾਲੀ ਕਿਸੇ ਨੂੰ ਜੇ ਕੋਈ ਚੰਗਾ ਕਰਦੇ ਦੇਖਦੇ ਹੋ ਤੁਹਾਨੂੰ ਬਿਨ ਮਤਲਬ ਹੀ ਜਾ ਕੇ ਸ਼ਾਬਾਸ਼ੀ ਦਿਓ ਤੁਹਾਨੂੰ ਕਿੰਨਾ ਚੰਗਾ ਲੱਗੇਗਾ ਯੂ ਵਿਲ ਫੀਲ ਪ੍ਰਾਊਡ ਆਫ ਯੋਰਸੈਲਫ ਕਿ ਮੈਂ ਲੋਕਾਂ ਨਾਲ ਅਲੱਗ ਆ ਮੈਂ ਕਿਸੇ ਦੇ ਕੰਮ ਨੂੰ ਦੇਖ ਕੇ ਦੇਖ ਉਹਦੀ ਪਿੱਠ ਤੇ ਕਿੰਨੀ ਸ਼ਾਬਾਸ਼ੀ ਦੇ ਕੇ ਆਇਆ ਅੱਜ ਜੇ ਅਸੀਂ 2 ਜਾਣੇ ਕਿਸੇ ਦੀ ਚੁਗਲੀ ਕਰਨ ਬਹਿ ਜਾਈਏ ਤਾਂ 1 ਘੰਟਾ ਦੀ ਘੱਟ ਹੈ 1 ਘੰਟਾ ਪਰ ਜੇ ਐਪਰੀਸੀਏਸ਼ਨ ਕਰਨ ਬਹਿ ਜਾਈਏ ਤਾਂ 10 ਸੈਕਿੰਡ ਗੁੱਡ ਗੁੱਡ ਜੋਬ ਵੈਰੀ ਗੁੱਡ ਸ਼ਬਦ ਹੀ ਮੁੱਕ ਜਾਂਦੇ ਸਾਡੇ ਕੋਲ ਕਿ ਅਸੀਂ ਇਨਸਾਨੀਅਤ ਫਿਤਰਤ ਹੋ ਚੁੱਕੀ ਸਾਡੀ ਕਿ ਸਾਡੇ ਕੋਲ ਸ਼ਬਦ ਹੀ ਮੁੱਕ ਜਾਂਦੇ ਜੇ ਕਿਸੇ ਨੂੰ ਐਪਰੀਸ਼ੀਏਟ ਕਰਨ ਦੀ ਵਾਰੀ ਆ ਇਸ ਦੁਨੀਆ ਦਾ ਜਿਹੜਾ ਮੇਲਾ ਨਾ ਜਿੰਨੀ ਕੁ ਮੈਨੂੰ ਸਮਝ ਆਈ ਮੈਂ ਇੱਕ ਪੋਡਕਾਸਟ ਸ਼ੋਅ ਵੀ ਕਰਦਾ ਤੇ ਤਕਰੀਬਨ ਹੁਣ ਤੱਕ ਅਸੀਂ 65-70 ਪੋਡਕਾਸਟ ਕਰ ਚੁੱਕੇ ਹਾਂ ਮੈਂ ਹਰ ਗੈਸਟ ਨੂੰ ਆਪਣੇ ਤੋਂ ਉਮਰ 'ਚ ਹਰ ਇਨਸਾਨ ਨੂੰ ਇਹ ਪੁੱਛਦਾ ਕਿ ਜ਼ਿੰਦਗੀ ਦਾ ਤਜਰਬਾ ਕੀ ਹੈ ਤੇਰੇ ਤੂੰ ਜ਼ਿੰਦਗੀ ਕੀ ਦੇਖ ਲੈ ਤਾਂ ਮੈਨੂੰ ਜੋ ਹੁਣ ਤੱਕ ਨਿਚੋੜ ਸਮਝ ਆਇਆ ਉਹ ਇਹ ਆਇਆ
ਕਿ ਜ਼ਿੰਦਗੀ ਦਾ ਮਤਲਬ ਹੈ ਸਾਨੂੰ ਪਰਮਾਤਮਾ ਨੇ ਇੱਕ ਮੇਲੇ ਤੇ ਭੇਜਿਆ। ਇਹ ਮੇਲਾ ਦੁਨੀਆ, ਇੱਥੇ ਦੀ ਕੋਈ ਚੀਜ਼ ਵੀ, ਇੱਕ ਤਿਣਕਾ ਵੀ ਤੁਸੀਂ ਮੇਲੇ 'ਚ ਉਠਾ ਕੇ ਉੱਪਰ ਨਹੀਂ ਲੈ ਕੇ ਜਾ ਸਕਦੇ, ਪਰ ਉਸ ਤਿਣਕੇ ਨੂੰ ਇਕੱਠੇ ਕਰਨ ਲਈ ਪੂਰੀ ਜ਼ਿੰਦਗੀ ਗਾਲ ਦਿੰਦਾ। ਇਹ ਮੇਲਾ ਇੰਜੋਏ ਕਰਨ ਲਈ ਮਿਲਿਆ, ਇੰਜੋਏ ਕਰੋ। ਇਸ ਮੇਲੇ 'ਚ ਕਿਸੇ ਦਾ ਦਿਲ ਨਾ ਦੁੱਖ ਜਾਵੇ ਸਾਡੇ ਹੱਥੋਂ, ਇਹ ਦੁਆ ਕਰਿਆ ਕਰੋ। ਹੱਟ ਹੈ, ਅਸੀਂ ਇਨਸਾਨ ਹਾਂ, ਗਲਤੀਆਂ ਦਾ ਪੁਤਲਾ, ਪਰ ਰੱਬ ਅੱਗੇ ਹਰ ਟਾਈਮ ਮੱਥਾ ਟੇਕਦੇ ਹੋਏ ਇਹੀ ਕਿਹਾ ਕਰੋ ਕਿ ਰੱਬਾ ਮੇਰੇ ਹੱਥੋਂ ਕਿਸੇ ਦਾ ਦਿਲ ਨਾ ਦੁਖਵਾ ਦੇ, ਮੇਰੇ ਹੱਥੋਂ ਕਿਸੇ ਦਾ ਨੁਕਸਾਨ ਨਾ ਕਰਾ ਲਈ, ਜੇ ਮੇਰੇ ਹੱਥੋਂ ਕਿਸੇ ਦਾ ਨੁਕਸਾਨ ਹੋਣ ਲੱਗਾ ਉਸ ਤੋਂ ਪਹਿਲਾਂ ਮੇਰਾ ਨੁਕਸਾਨ ਕਰਦੀ, ਮੈਨੂੰ ਰੋਕ ਲਈ। ਕਈ ਵਾਰ ਬੰਦੇ ਦੀ ਮੱਤ ਮਾਰੀ ਜਾਂਦੀ, ਕੋਈ ਨਹੀਂ ਕਹਿੰਦਾ ਕਿ ਰੱਬਾ ਮੇਰੇ 'ਚ ਹੰਕਾਰ ਪਾ ਕਿ ਮੈਂ ਵੀ ਇੱਕ ਟਾਈਮ 'ਤੇ ਆ ਕੇ ਹੰਕਾਰ ਕਰਾਂ, ਪਰ ਕਹਿੰਦੇ ਨਾ ਕਿ ਨਾ ਉਹ ਘਸੁੰਨ ਮਾਰਦਾ ਨਾ ਉਹ ਲੱਤ ਮਾਰਦਾ, ਉਹ ਮੱਤ ਮਾਰਦਾ। ਜਦੋਂ ਬੰਦੇ ਦਾ ਬੁਰਾ ਵਕਤ ਆਉਂਦਾ ਉਹਦੀ ਮੱਤ ਵੱਜ ਜਾਂਦੀ, ਫਿਰ ਉਹਨੂੰ ਆਪ ਨੂੰ ਪਤਾ ਲੱਗਦਾ ਕਿ ਯਾਰ ਮੈਂ, ਅੱਛਾ ਮੈਂ ਇਹ ਭੁੱਲ ਗਿਆ ਸੀਗਾ ਉਹਨੂੰ, ਯਾਰ ਮੈਂ ਗੁੱਸੇ 'ਚ ਉਹਨੂੰ ਇਹ ਝਾੜਤਾ, ਮੈਂ ਗੁੱਸੇ 'ਚ ਉਹਨੂੰ ਗਾਲ ਕੱਢਤੀ। ਪਰਮਾਤਮਾ ਅੱਗੇ ਸਵੇਰੇ ਸ਼ਾਮ ਇਹੀ ਅਰਦਾਸ ਕਰਿਆ ਕਰੋ ਕਿ ਰੱਬਾ ਮੇਰੇ ਇਸ ਮਨੁੱਖੀ ਜੀਵਨ ਦੇ ਵਿੱਚ, ਮੇਰੀ ਇਸ ਰੂਹ ਕੋਲੋਂ, ਮੇਰੇ ਸਰੀਰ ਕੋਲੋਂ ਕਿਸੇ ਦਾ ਨੁਕਸਾਨ ਨਾ ਕਰਾ। ਜੇ ਨੁਕਸਾਨ ਕਰਨ ਦੀ ਵਿਧੀ ਬਣੇ ਤਾਂ ਮੇਰਾ ਨੁਕਸਾਨ ਕਰਦੀ, ਪਹਿਲਾਂ ਮੈਨੂੰ ਰੋਕਦੀ। ਕਿਉਂਕਿ ਇਸ ਦੁਨੀਆਂ ਦੇ ਵਿੱਚ ਸਭ ਤੋਂ ਵੱਡਾ ਪਾਪ ਹੈ ਕਿਸੇ ਦਾ ਮਨ ਦੁਖਾਉਣਾ। ਮਨ ਦੇ ਵਿੱਚ ਹਰੀ ਮੰਦਰ ਹੈ, ਲੱਖ ਮੱਥੇ ਟੇਕ ਲਓ, ਲੱਖ ਗੁਰੂ ਦੇ ਗੁਣਗਾਨ ਕਰ ਲਓ, ਜੇ ਤੁਸੀਂ ਗੁਰੂ ਦੇ ਬੱਚੇ ਦਾ ਹੀ ਦਿਲ ਦਿਖਾਤਾ ਨਾ, ਗੁਰੂ ਨਹੀਂ ਮੰਨ ਸਕਦੇ। ਮੇਰੇ ਤੋਂ ਵੱਡੇ ਬੈਠੇ ਹੋ ਤੁਸੀਂ ਸਾਰੇ, ਤੁਹਾਡੇ ਬੱਚੇ ਵੀ ਹੋਣਗੇ। ਇੱਕ ਗੱਲ ਦੱਸੋ, ਜੇ ਕੋਈ ਤੁਹਾਡੇ ਬੱਚੇ ਨੂੰ ਤਕਲੀਫ ਦੇਵੇ ਤੁਸੀਂ ਉਹਨੂੰ ਕਿਸ ਨਜ਼ਰ ਨਾਲ ਦੇਖੋਗੇ? ਗੁੱਸੇ ਦੀ ਨਜ਼ਰ ਨਾਲ। ਮਾਂ ਤਾਂ ਉਹਨੂੰ ਖਾ ਜਾਏਗੀ, ਤੂੰ ਮੇਰੇ ਪੁੱਤ ਨੂੰ ਹੱਥ ਕਿਵੇਂ ਲਾਇਆ? ਔਰ ਜਦੋਂ ਉਹੀ ਮਾਂ ਦਾ ਪੁੱਤ ਦੁਖੀ ਹੋਵੇ ਤਾਂ ਜਿਹੜਾ ਉਸ ਦੁਖੀ ਬੱਚੇ ਨੂੰ ਆ ਕੇ ਕੋਈ ਬੰਦਾ ਹੈਲਪ ਕਰੇ, ਮਾਂ ਉਹਨੂੰ ਕਿਹੜੇ ਰੂਪ 'ਚ ਦੇਖੇਗੀ? ਰੱਬ ਦੇ ਰੂਪ 'ਚ, ਕਿ ਮੇਰੇ ਪੁੱਤ ਦੀ ਇਹਨੇ ਮਦਦ ਕੀਤੀ। ਤਾਂ ਸੋਚੋ ਕਿ ਜਦੋਂ ਦਿਲੋਂ ਬਾਦੁਆਵਾਂ ਨਿਕਲਦੀਆਂ ਨੇ ਤਾਂ ਉਹਦਾ ਕੀ ਅਸਰ ਹੈ, ਜਦੋਂ ਦੁਆਵਾਂ ਨਿਕਲਦੀਆਂ ਨੇ ਉਹਦਾ ਕੀ ਅਸਰ ਹੈ। ਤੁਸੀਂ ਲੱਖ ਸੈਮੀਨਾਰ ਅਟੈਂਡ ਕਰਦੇ ਹੋ, ਕਰਦੇ ਜਾਓ, ਹੋਰ ਕਰਦੇ ਜਾਓ, ਜ਼ਿੰਦਗੀ ਦਾ ਐਕਸਪੀਰੀਅੰਸ ਕਰਦੇ ਜਾਓ, ਪਰ ਇੱਕ ਛੋਟੀ ਜਿਹੀ ਚੀਜ਼ ਬੈਕ ਆਫ ਦਾ ਮਾਇੰਡ ਜਿਹੜੀ ਆਲਵੇਜ਼ ਯਾਦ ਰੱਖੋ, ਇਨਸਾਨੀਅਤ, ਕਿ ਤੁਹਾਡੀ ਬੋਲੀ ਨਾਲ ਕਿਸੇ ਨੂੰ ਨੁਕਸਾਨ ਤਾਂ ਨਹੀਂ ਹੋ ਰਿਹਾ, ਕਿ ਤੁਹਾਡੇ ਦੋ ਬੋਲਾਂ ਨਾਲ ਕਿਸੇ ਨੂੰ ਚੰਗਾ ਮਹਿਸੂਸ ਹੋ ਰਿਹਾ? ਕਰੋ, ਕਿਸੇ ਦੀ ਹੈਲਪ ਕਰ ਸਕਦੇ ਹੋ ਆਪਣੇ ਬਿਜ਼ਨਸ ਦੇ ਵਿੱਚ ਤਾਂ ਕਰੋ। ਮੈਂ ਬੜੀ ਵਾਰ ਦੇਖਿਆ ਲੋਕਾਂ ਨੂੰ, ਲੋਕ ਕਹਿੰਦੇ ਨੇ ਕਿ ਇਨਸਾਨ ਤੇ ਜਦੋਂ ਚੰਗਾ ਵਕਤ ਆਉਂਦਾ ਨਾ, ਹਰ ਇਨਸਾਨ ਬੁਰੇ ਵਕਤ 'ਚੋਂ ਨਿਕਲ ਕੇ ਆਉਂਦਾ। ਦੋ ਤਰ੍ਹਾਂ ਦੇ ਲੋਕ ਹੁੰਦੇ ਨੇ, ਜਦੋਂ ਚੰਗੇ ਵਕਤ ਤੋਂ ਬਾਅਦ ਜਿੱਦਾਂ ਦੇ ਹੋ ਜਾਂਦੇ ਨੇ। ਇੱਕ ਬਿਜ਼ਨਸਮੈਨ ਹੁੰਦਾ ਜਿਹੜਾ 4-5 ਕਰੋੜ ਰੁਪਏ ਦਾ ਬਿਜ਼ਨਸ ਕਰਕੇ ਮਹੀਨੇ ਦਾ ਬੈਠਦਾ ਕੁਰਸੀ ਤੇ, ਹਾਂ ਵੀ ਬੰਦੇ ਨੂੰ ਬੰਦਾ ਨਹੀਂ ਸਮਝਦਾ। ਉਹ ਕਹਿੰਦਾ ਮੇਰੇ ਮਾਡਰਨ ਟਾਈਮ 'ਚ ਮੈਨੂੰ ਕਿਸੇ ਨੇ ਨਹੀਂ ਪੁੱਛਿਆ, ਚਲੋ ਅੱਜ ਮੈਂ ਵੀ ਨਹੀਂ ਪੁੱਛਦਾ, ਇੱਕ ਦੂਜਾ ਤਰ੍ਹਾਂ ਦਾ ਬੰਦਾ ਹੁੰਦਾ। ਉਹ ਕਹਿੰਦਾ ਮੇਰੇ ਮਾਡਰਨ ਟਾਈਮ 'ਚ ਮੈਨੂੰ ਕਿਸੇ ਨੇ ਨਹੀਂ ਪੁੱਛਿਆ, ਮੈਂ ਦਰਦ ਮਹਿਸੂਸ ਕਰ ਸਕਦਾ ਜਦੋਂ ਨਹੀਂ ਪੁੱਛਿਆ ਜਾਂਦਾ, ਅੱਜ ਮੈਂ ਸਭ ਦੀ ਹੈਲਪ ਕਰੂੰ। ਦੂਜੇ ਨਾ ਬਣਿਓ, ਕੋਸ਼ਿਸ਼ ਕਰਿਓ ਜ਼ਿੰਦਗੀ 'ਚ ਜਿਹੜੀ ਚੀਜ਼ ਤੁਹਾਨੂੰ ਮਿਲ ਜਾਵੇ ਵੰਡਿਓ, ਜਿੰਨਾ ਵੰਡੋਗੇ ਰੱਬ ਤੁਹਾਨੂੰ ਦੇਵੇਗਾ, ਜਿੰਨਾ ਖਾਓਗੇ ਉਹਨਾਂ ਹੋਰ ਹੋਏਗਾ। ਬੜੀਆਂ ਐਗਜ਼ਾਮਪਲ ਸਾਡੀ ਸੋਸਾਇਟੀ ਦੇ ਵਿੱਚ ਹੁੰਦੀਆਂ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਡੱਕਾ ਨਹੀਂ ਤੋੜਿਆ ਹੁੰਦਾ, ਐਂਡ 'ਚ ਉਹਨਾਂ ਦੀ ਔਲਾਦ ਖਰਾਬ ਨਿਕਲ ਜਾਂਦੀ ਹੈ। ਕਿਹਦੇ ਲਈ ਕਮਾਇਆ? ਖੜੇ ਪੈਰ ਬੁਲਾਵਾ ਆ ਜਾਣਾ। ਮੈਂ 27 ਦਾ, ਮੈਂ 8 ਸਾਲ ਪਹਿਲਾਂ ਹੀ ਸੋਚ ਰਿਹਾ ਸੀਗਾ ਕਿ ਹਰ ਦਿਨ ਜ਼ਿੰਦਗੀ ਦਾ ਇੱਦਾਂ ਹੀ ਜੀਣਾ ਜਿਵੇਂ ਆਖਰੀ ਹੋ। ਲੋਕ 70 'ਤੇ ਜਾ ਕੇ ਕੀ ਸੋਚਦੇ ਨੇ ਕਿ ਨਹੀਂ ਯਾਰ ਹਜੇ ਤਾਂ ਮੈਂ ਜਵਾਨ ਹਾਂ। ਕੋਵਿਡ ਦੇ ਵਿੱਚ ਕਿੰਨੇ ਜਵਾਨ ਗਏ ਨੇ, ਭੂਕੰਪ ਦੇ ਵਿੱਚ ਕਿੰਨੇ ਜਵਾਨ ਜਾਂਦੇ ਨੇ। ਕਿਤੇ ਮਾਣ ਨਾ ਕਰ ਬੈਠੇ ਹੋ ਕਿ ਆਈ ਐਮ ਫਿਟ ਐਂਡ ਫਾਈਨ ਤੇ ਮੈਨੂੰ ਕੁਛ ਵੀ ਨਹੀਂ ਹੋਣਾ। ਅਸੀਂ ਉਹਦੀ ਇੱਕ ਅੱਖ ਦੀ ਝਪਕ ਦੀ ਮਾਰ ਹਾਂ, ਇੱਕ ਅੱਖ ਦੀ ਝਪਕ ਦੀ। ਤਾਂ ਦੁਨੀਆਂ ਦੇ ਵਿੱਚ ਜਿੰਨੀ ਮਰਜ਼ੀ ਤਰੱਕੀ ਕਰ ਲਵੇ, ਸਾਇੰਸ ਕਰਮਾਂ ਤੋਂ ਉੱਤੇ ਤਰੱਕੀ ਨਹੀਂ ਕਰ ਸਕਦੇ। ਜੋ ਕਰੋਗੇ ਉਹ ਲਿਖਦਾ ਜਾ ਰਿਹਾ। ਇਸ ਕਰਕੇ ਨਹੀਂ, ਕਰਮਾਂ ਐਕਚੁਅਲੀ ਮਾੜਾ ਕਰਮਾ ਕਰਕੇ ਕਿਸੇ ਨੂੰ ਯਾਦ ਹੀ ਨਹੀਂ ਰਹਿੰਦਾ, ਉਹ ਯਾਦ ਕਰਾਉਂਦਾ ਹੈ। ਹਰ ਬੰਦਾ ਜਦੋਂ ਬੁਰੇ ਟਾਈਮ 'ਚ ਹੁੰਦਾ ਨਾ, ਉਹ ਕਹਿੰਦਾ ਯਾਰ ਮੈਂ ਤਾਂ ਕਦੇ ਕੁਛ ਕੀਤਾ ਹੀ ਨਹੀਂ। ਉਹ ਨਹੀਂ, ਤੂੰ ਚੰਗਾ ਕੀਤਾ ਲਿਖ ਲੈਂਦਾ, ਮਾੜਾ ਕੀਤਾ ਭੁੱਲ ਜਾਂਦਾ। ਜਦੋਂ ਅਸੀਂ ਕਿਸੇ ਦਾ ਦਿਲ ਦੁਖਾਉਂਦੇ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ, ਪਰ ਜਦੋਂ ਅਸੀਂ ਚੰਗਾ ਕਰਦੇ ਹਾਂ ਤਾਂ ਸੁਣਾਉਂਦੇ ਹਾਂ।
मैंने देखा वो किया, मैंने देखा वो किया, जो बुरा किया वो कौन बताएगा? वो याद ही नहीं रहता इंसान को। तो सुबह उठने से लेकर रात तक हमेशा कोशिश करो कि इन अखियों से किसी को देख के किसी की मदद हो सके। सुबह शाम मेरी गल याद रखियो, मैं कोई बिजनेस लीडर का नहीं हैगा, ना कि मेरा बहुत तगड़ा कारोबार है, पर एक तजर्बा लेके चला, जिस दिन तुम कर्म का गेट याद रख लेना कि जो करोगे जो बीजोगे कभी जिंदगी किसी का माड़ा नहीं करो, तुहाड़ी रूह कंबन लग जाएगी, नहीं माड़ा होगा। जदों मैं सवेरे गड्डी चो घरों निकलता तो सवेरे 9 बजे ऑफिस टाइम होता है, तो बहुत लोग रोड क्रॉस करने वाले होंगे ने, पर गड्डिया की आदत है गड्डी चढ़ा के रख देते, रोड नहीं क्रॉस कर देते। जो तुम खड़ के गड्डी किसी को रोड क्रॉस करने हाथ जोड़ के कहो ना कि जाओ, वो क्या स्माइल दे के जाएगा, नजारा आ जाए, थोड़ा दिन बन दे। मैं कोई बहुता विद्वान नहीं बन रहा कि मैं इदा करना, मैं सिर्फ एक छोटा जा तो एक छोटा जा एफर्ट, मैं ये देखो कोई पैसे नहीं लगने, कोई टाइम नहीं लगना, कोई थोड़ा एनर्जी नहीं लगनी, सिर्फ गड्डी चलाते हुए देखना है कोई रोड क्रॉस करने लिए खड़ा है, तो पिछले बैक मिरर च भी गड्डी देखनी है, ना होवे तुसी फील च भले करने चक्कर च गड्डी ठोक दो कि कोई रोड क्रॉस कर रहा है, इकोदम ब्रेक मार दी पिछे वाले ने मारी तो तुहाडा भला हो गया। पहला बंदा देख के पिछे देखना कि गड्डी तो नहीं आ रही है, स्लो है, वैसे तो ट्रैफिक च ही होंदे ने, कोशिश करो। ये मैं चीज उदों सीखी सी जदों एक बारी मेरी मां सैर करन जांदी सी शामी रोज़ गार्डन लुधियाणे, तो मेरी मां रोड क्रॉस कर रही सी तो गड्डियां चढ़ रही सी, फिर मैं हुण अपनी मां दा की करदा, मैं लोगों की मावं की मदद करनी शुरू कर दी, मेरी माँ आप ही सामी जाए। बच्चे तो टीचर के भी होंगे ने, परवरिश तो उन्होंने भी चाहिए है, जो तुम अपने कॉलेज अपने बच्चे को समझ के पढ़ाओगे ना तो बच्चे भी कोई पढ़ाएगा, जो तुम किसी के बच्चे गलत करोगे तो बच्चे का भी गलत होगा। मैं अपनी मदर को गल कहना हूं कि मेरी दादी ना उन्ना का वदार करो जिन्ना का कल सह सको, थोड़ी जी गल ह्यूमैनिटी बिगिंस एट योर होम। पहला अपना घर साफ करो, मैं कोई अज दुद्ध का धुलिया नहीं बन गया, मैं भी बहुत माड़ा सी, अज मैं जो स्कूल गया चीफ गेस्ट पढ़ाया उ मैं, तो उसे मैंने बच्चे एग्जीबिशन दिखा रहे थे, मैंने अपना टाइम याद आ गया कि मेरे टीचर ने तो मैंने स्कूल एग्जीबिशन से भी नहीं आन देते कि इन्ना नलायक बच्चा एग्जीबिशन से खड़न जोगा भी नहीं है, ਅੱਜ ਟੀਚਰਾਂ ਬੱਚਿਆਂ ਨੂੰ ਦੇਖ ਕੇ ਕਿ ਮੇਰਾ ਬੱਚਾ ਹੈ ਮੇਰਾ ਬੱਚਾ ਹੈ। I still ask them ਕਿ ਆਫ ਕੋਰਸ ਮਾਂ ਦੀਆਂ ਮਾਰ ਵੀ ਘਿਓ ਦੀਆਂ ਨਾਲਾਂ ਹੁੰਦੀਆਂ, ਟੀਚਰਾਂ ਮਾੜਾ ਨਹੀਂ ਚਾਹੁੰਦੀਆਂ, ਪਰ ਬੱਚੇ ਦੇ ਮਨ 'ਚ ਰਹਿ ਜਾਂਦੀ ਹੈ ਗੱਲ ਜਦੋਂ ਟੀਚਰ ਕਹਿੰਦੇ ਤੇਰਾ ਕੁਛ ਨਹੀਂ ਬਣ ਸਕਦਾ, ਅਸੀਂ ਕੌਣ ਆ ਯਾਰ ਕਹਿਣ ਵਾਲੇ ਕਿਸੇ ਦਾ ਕੀ ਨਹੀਂ ਬਣ ਸਕਦਾ, ਉਹ ਫਰਸ਼ਾਂ ਤੋਂ ਅਰਸ਼ਾਂ 'ਤੇ ਚੱਕਣ ਨੂੰ ਮੈਡਲ ਆਉਂਦਾ, ਉਹ ਅਰਸ਼ਾਂ 'ਤੇ ਫਰਸ਼ਾਂ 'ਤੇ ਲਿਆਉਣ ਨੂੰ ਮੈਡਲ ਆਉਂਦਾ, ਇਹ ਸਭ ਕਰਮਾਂ ਦੀਆਂ ਖੇਡਾਂ ਨੇ। ਜ਼ਿੰਦਗੀ 'ਚ ਬਿਜ਼ਨਸ ਕਰਦੇ ਹੋਏ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਬਿਜ਼ਨਸ ਮਾਡਲ ਨਾਲ ਕਿਸੇ ਨੂੰ ਬੇਵਕੂਫ ਤਾਂ ਨਹੀਂ ਬਣਾ ਰਹੇ, ऐसी गड्डी च घूमने का कोई फायदा नहीं जिहड़ी लोगों की बदवाओं नाल लिपती हो, याद रखे हरी गल, जिहड़ा सकून है ना रात में बैड ते आना वो पैसे नाल नहीं आना, जे तुहानू करम देखने ने ना कभी शामी मॉडल टाउन में बैठना 7-9 रोज, ये गुरु महाराज की कृपा है कि पिछले 8 साल तो रोज़ महाराज ने ऐसी सेवा बख्शी हुई है कि असीं रोज़ उत्थे 3 घंटे बैठते हैं, तो मैं अपनी अखां दे मोहरे देखदा कि माँ बाप आंदे रोंदे ने, साढ़े 3 मुंडे आ सानूं पुछदे नहीं, फिर एक माँ आती है कुछ बच्चा चक्के आता मेरे बच्चे को बचा लो, मैं दोनों फिल्मों सामने बह के एक दूजे को दिखाता, मैं आही बच्चे वास्ते तू रो रही है माँ, तो आही प्यो बच्चा से जो अज तेन रोना पै रहा, करमा का गेट है, करमा का गेट बहुत तेज घूमता और साफ सरल स्वच्छ, क्योंकि ये बंदे हाथ नहीं है ना, जो बंदे हाथ होंगे करमा तो ये मैनिपुलेशन हो जाता, पर यह कुदरत के हाथ है, और मैं रब किसी शब्द को या किसी बंदे को नहीं कह रहा, रब एक नेचर है, एक कुदरत है,
ਕੁਦਰਤ ਦਾ ਨਿਯਮ ਹੈ। ਅਰਥ ਜੇ ਗੋਲ ਹੈ ਨਾ, ਉਹ ਇਸੇ ਕਰਕੇ ਗੋਲ ਹੈ। ਵਟ ਗੋਜ਼ ਅਰਾਊਂਡ ਦੈਟ ਕਮਸ ਅਰਾਊਂਡ। ਚੌਰਸ ਵੀ ਹੋ ਸਕਦੀ ਸੀ, ਕਿਉਂ ਨਹੀਂ ਹੈ? ਰਾਤ ਦਿਨ ਕਿਉਂ, ਦਿਨ ਵੀ ਰਹਿ ਸਕਦਾ ਸੀ। ਰਾਤ ਦਿਨ ਦਾ ਮਤਲਬ ਹੈ ਕਿ ਦਿਨ ਮਾੜੇ ਨੇ ਤੇ ਦਿਨ ਚੰਗੇ ਵੀ ਆ ਰਹੇ, ਤੇ ਜੇ ਦਿਨ ਚੰਗੇ ਨੇ ਤਾਂ ਮਾੜ ਨਾ ਕਰੀ ਦਿਨ ਮਾੜੇ ਵੀ ਆ ਰਹੇ। ਮੈਨੂੰ ਬੜੇ ਬੰਦੇ ਕਹਿੰਦੇ ਨੇ ਕਿ ਯਾਰ ਬਾਈ ਤੂੰ ਬੜੀ ਪੀਕ ਤੇ ਚੱਲ ਰਿਹਾ, ਕੋਈ ਪੀਕ ਨਹੀਂ। ਮੈਂ ਕਿਹਾ ਨਾ ਮੈਨੂੰ ਸ਼ਾਬਾਸ਼ੀ ਦੀ ਟੈਨਸ਼ਨ, ਨਾ ਮੈਨੂੰ ਕਿਸੇ ਦੇ ਗਾਲ ਕੱਢੇ ਦਾ ਬੋਝ। ਮਹਾਰਾਜ ਦਾ ਸ਼ੁਕਰ ਸਮਝ ਕੇ ਚੰਗੇ ਕਰਮ ਕਰਦੇ ਜਾਓ, ਚੰਗਾ ਕਰਦੇ ਜਾਓ। ਜਿਹੜਾ ਵੀ ਬਿਜ਼ਨਸ ਤੁਸੀਂ ਕਰ ਰਹੇ ਹੋ, ਜਿੱਥੇ ਵੀ ਹੋ, ਹਮੇਸ਼ਾ ਕੋਸ਼ਿਸ਼ ਕਰੋ ਕਿ ਕਿਸੇ ਦੇ ਕੰਮ ਆ। ਇਸ ਤੋਂ ਵੱਡਾ ਦੁਨੀਆ 'ਚ ਕੋਈ ਧਰਮ ਨਹੀਂ। ਇਹ ਸਿਰਫ ਸਪੀਚ ਤੇ ਕਹਿਣ ਤੋਂ ਵੱਡੀਆਂ ਵੱਡੀਆਂ ਗੱਲਾਂ ਨਹੀਂ ਹੈਗੀਆਂ, ਤੁਸੀਂ ਅਮਲ ਵੀ ਕਰ ਲਓ। ਜਦੋਂ ਹੋਸਪਿਟਲ 'ਚ ਸਾਡਾ ਕੋਈ ਬੱਚਾ ਐਡਮਿਟ ਹੁੰਦਾ ਨਾ, ਡਾਕਟਰ ਕਹਿੰਦਾ ਕਿ ਆਹ ਫੜ ਲੰਬੀ ਸਾਰੀ ਪਰਚੀ, ਜਾ ਕੇ ਦਵਾ ਲੈ ਕੇ ਆ। ਤੁਸੀਂ ਪੈਸੇ ਕਮਾਏ ਹੁੰਦੇ ਨੇ, ਭੱਜੇ ਭੱਜੇ ਜਾਂਦੇ ਹੋ, ਕ੍ਰੈਡਿਟ ਕਾਰਡ ਦਵਾ ਦੇ ਦਿਓ, ਡਾਕਟਰ ਫਿਰ ਦੇ ਦਿੰਦਾ ਪਰਚੀ, ਜਾ ਕੇ ਫਿਰ ਦਵਾ ਲੈ ਕੇ ਆ, ਫਿਰ ਲਿਆਉਂਦੇ ਹੋ, ਫਿਰ ਡਾਕਟਰ ਕਹਿੰਦਾ ਜਾ ਕੇ ਹੁਣ ਦਵਾ ਲੈ ਕੇ ਆ। ਤਾਂ ਦੁਆ ਦੇ ਖਾਤੇ ਸਾਡੇ ਸਭ ਦੇ ਖਾਲੀ ਹੈ, ਅੱਜ ਸਾਡੇ ਸਭ ਦੇ ਬੈਂਕ ਅਕਾਊਂਟ ਨੇ, ਕੁਛ ਨਾ ਕੁਛ ਪੈਸੇ ਨੇ ਉਹਦੇ ਵਿੱਚ। ਅਸੀਂ ਕਢਾਉਣ ਤਾਂ ਹੀ ਜਾਵਾਂਗੇ ਨਾ ਜੇ ਕੁਛ ਪਿਆ ਹੋਊਗਾ, ਜੇ ਕੁਛ ਹੋਊਗਾ ਨਹੀਂ ਤਾਂ ਕਢਾਉਣ ਨਹੀਂ ਜਾਵਾਂਗੇ। ਉੱਦਾਂ ਹੀ ਦੁਆਵਾਂ ਦਾ ਖਾਤਾ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਸੇ ਨੇ ਕਿਹਾ ਆਪਣੇ ਮੁੱਖ ਚੋਂ ਕਿ ਰੱਬ ਤੇਰਾ ਭਲਾ ਕਰੇ? ਮੈਨੂੰ ਲੱਗਦਾ ਪਿਛਲੇ ਸਾਲ 'ਚ ਕਿਸੇ ਨੇ ਨਹੀਂ ਕਿਹਾ। ਇਹ ਜਿਹੜਾ ਖਾਤਾ ਹੈ ਨਾ, ਜਦੋਂ ਬਾਰ ਬਾਰ ਉੱਪਰ ਘੰਟੀ ਵੱਜਦੀ ਹੈ, ਗੋਡ ਬਲੈਸ ਯੂ, ਕਿਉਂਕਿ ਕੌਣ ਹੈ ਯਾਰ ਪਰਮਾਤਮਾ ਦਾ ਘਰ ਕਿ ਬਾਰ ਬਾਰ ਇਹਨੂੰ ਕਿਉਂ ਕਿਹਾ ਜਾ ਰਿਹਾ ਕਿ ਰੱਬਾ ਇਹਦਾ ਭਲਾ ਕਰ, ਰੱਬਾ ਇਹਦਾ ਭਲਾ ਕਰ। ਇਹ ਉਹ ਭਲਾ ਨਹੀਂ ਕਿ ਗੱਡੀ 'ਚ ਜਾਂਦੇ ਕਿਸੇ ਬੈਗਰ ਨੂੰ 10-10 ਨੋਟ ਦੇ ਦਿਓ ਤੇ ਬਹੁਤ ਵੱਡੇ ਦਾਨੀ ਬਣ ਗਏ, ਨਾ ਉਹ ਗਲਤ ਇਸਤੇਮਾਲ ਹੈ ਪੈਸਿਆਂ ਦਾ। ਮੇਰੇ ਕੋਲ ਪਰਸੋਂ ਨਾ ਇੱਕ ਫੈਮਿਲੀ ਆ ਗਈ, ਮੈਂ ਤੁਹਾਡੀ ਐਕਟਿੰਗ ਵੀ ਕਰਾਂ। ਤਾਂ ਫੈਮਿਲੀ ਆ ਗਈ, ਸਾਹਮਣੇ ਬੈਠ ਗਈ, ਇੱਕ ਬੱਚਾ ਸੀ, ਦੋ ਮਾਂ ਬਾਪ ਸੀ, ਤੇ ਉਹ ਬੋਲਦੇ ਬਹੁਤ ਸੋਹਣਾ ਸੀ, ਰੱਬ ਤੇਰਾ ਭਲਾ ਕਰੇ, ਇਹ ਉਹ ਜਿਹੜੀ ਕੈਟੇਗਰੀ ਹੁੰਦੀ ਰੋਡ ਤੇ ਬੈਗਰਸ ਹੁੰਦੇ, ਉਹਨਾਂ ਨੂੰ ਲੋੜ ਨਹੀਂ ਹੁੰਦੀ, ਉਹਨੂੰ ਪੈਸੇ ਦੀ ਲੋੜ ਹੁੰਦੀ। ਤੁਸੀਂ ਉਹਨਾਂ ਨੂੰ ਪੁੱਛੋ ਕਿ ਜਦੋਂ ਮੈਂ 100 ਦਾ ਨੋਟ ਦੇਣ ਦੀ ਬਜਾਏ ਤੇਰੇ ਤੇ 10,000 ਰੁਪਏ ਲਾਉਂਗਾ, 10 ਲਾਣਾ ਕਿੱਥੇ? ਉਹ ਕਹਿਣਗੇ ਨਹੀਂ, 100 ਹੀ ਦੇ ਦੇ, ਕਿਉਂਕਿ ਉਹਨਾਂ ਨੂੰ ਪਤਾ ਕਿ 100 ਮੰਗੂਗਾ ਅਗਲਾ ਕਹੇਗਾ ਵਾਹ, ਬਿਜ਼ਨਸ ਸਟ੍ਰੈਟਜੀ ਹੈ ਨਾ। ਕੋਈ ਤੁਹਾਡਾ ਕਸਟਮਰ ਆਵੇ, ਉਹ ਕਹੇ ਆਈ ਵਾਂਟ ਟੂ ਸਪੈਂਡ 10,000, ਤੇ ਤੁਸੀਂ ਉਹਨੂੰ ਕਹੋ ਨਹੀਂ ਸਰ ਤੁਸੀਂ 5,000 ਹੀ ਸਪੈਂਡ ਕਰੋ, ਤੇ ਤੁਹਾਡਾ ਨਾਲ ਦਾ ਤੁਹਾਨੂੰ ਕਲੀਕ ਹੋਵੇ ਸਰ ਤੁਸੀਂ ਬੇਵਕੂਫ ਹੋ, 10,000 ਖਰਚਣ ਆਏ ਤੁਸੀਂ 5,000 ਕਿਉਂ ਲਿਆ? ਨੋ, ਦਿਸ ਇਜ਼ ਅ ਬਿਜ਼ਨਸ ਸਟ੍ਰੈਟਜੀ। 5,000 ਖਰਚਾਂਗੇ, ਉਹਦਾ ਹੋਰ ਟਰੱਸਟ ਲੈਵਲ ਵਧੂ, ਅਗਲੀ ਵਾਰੀ ਉਹ 20 ਲੈ ਕੇ ਆਏਗਾ। ਉਦਾਂ ਹੀ ਇਹ ਬੈਗਰ ਕਮਿਊਨਿਟੀ ਹੈ। ਇਹਦੇ 'ਚ ਵੀ ਕੀ ਕਰਦੇ ਨੇ, ਗੱਡੀ ਦਾ ਗੇਟ ਖੜਕਾਉਂਦੇ ਨੇ, ਤੁਸੀਂ ਦੁਖੀ ਤਾਂ ਹੁੰਦੇ ਹੀ ਹੋ, ਤੇਰਾ ਕੰਮ ਵਿਗੜਿਆ ਬਣ ਜਾਏਗਾ, ਤੇਰੇ ਬੱਚੇ ਖੁਸ਼ ਰਹਿਣ, ਤੇਰਾ ਬਾਹਰ ਦਾ ਵੀਜ਼ਾ ਲੱਗ ਜਾਵੇ। ਅੱਜ ਕੱਲ੍ਹ ਤਾਂ ਇਹਨਾਂ ਦੇ ਮੂੰਹ ਤੇ ਵੀ ਇੱਕੋ ਗੱਲ ਚੜੀ ਹੋਈ ਕਿ ਪੰਜਾਬੀ ਬਾਹਰ ਹੀ ਜਾਣਾ ਚਾਹੁੰਦੇ ਨੇ। ਇੱਕ ਪੰਜਾਬੀ ਨੂੰ ਕਹਿ ਦਿਓ ਤੇਰਾ ਵੀਜ਼ਾ ਲੱਗ ਜਾਏਗਾ, ਉਹ ਅੱਛਾ ਇਹਨੂੰ ਵੀ ਤਾਂ ਪਤਾ, ਕੋਈ ਹਰ ਬੰਦੇ ਨੂੰ ਪਤਾ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ। ਉਹ ਜਿਹੜੇ ਹੱਥ ਦੇਖਣ ਵਾਲੇ, ਉਹਨਾਂ ਦਾ ਕੰਮ ਕਿਵੇਂ ਚੱਲਦਾ? ਉਹਨਾਂ ਕੋਲ 4 ਹੀ ਗੱਲਾਂ, ਤੇਰੀ ਵਾਈਫ ਨਾਲ ਤੇਰਾ ਕਲੇਸ਼ ਹੈ ਉਹ ਮੁੱਕ ਜਾਏਗਾ, ਤੇਰੀ ਗਰਲਫ੍ਰੈਂਡ ਤੇਰਾ ਮੰਚਾ ਪਿਆਰ ਮਿਲ ਜਾਏਗਾ। ਯਾਰ ਜੇ ਰੱਬ ਇਹਨਾਂ ਦੇ ਹੱਥ ਆ ਗਿਆ, ਹੁਣ ਤੱਕ ਤਾਂ ਦੁਨੀਆ ਕਦੋਂ ਦੀ ਨਸ਼ਟ ਹੋ ਜਾਣੀ ਸੀ। ਰੱਬ ਕਦੀ ਕਿਸੇ ਦੇ ਹੱਥ ਨਹੀਂ ਆ ਸਕਦਾ। ਜਿਹੜਾ ਬੰਦਾ ਜਿੰਨੀ ਮਰਜ਼ੀ ਭਗਤੀ ਕਰ ਲਵੇ, ਜਿੰਨੀ ਮਰਜ਼ੀ ਪੜ੍ਹਾਈ ਕਰ ਲਵੇ, ਰੱਬ ਰੱਬ ਹੀ ਰਹੇਗਾ। ਔਰ ਜਦੋਂ ਤੱਕ ਜ਼ਿੰਦਗੀ 'ਚ ਤੁਸੀਂ ਸਹੀ ਹੋ, ਤਾਂ ਤੁਹਾਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ, ਫਿਰ ਰੱਬ ਤੁਹਾਡੇ ਨਾਲ। ਡਰਨਾ ਉਦੋਂ ਆ ਜਦੋਂ ਤੁਸੀਂ ਗਲਤ ਹੋ। ਇਹ ਕੋਸ਼ਿਸ਼ ਕਰੋ ਜ਼ਿੰਦਗੀ 'ਚ ਚੰਗੇ ਹੋਣ ਦੇ ਨਾਲ ਨਾਲ ਕਿਸੇ ਦੀ ਮਦਦ ਵੀ ਕਰੋ। ਮਦਦ ਮੇਰਾ ਜੋ ਜ਼ਿੰਦਗੀ ਦਾ ਤਜਰਬਾ ਨਾ, ਸਿਰਫ ਇੱਕ ਹੈਲਪ ਤੇ ਸੇਵਾ ਹੀ ਜ਼ਿੰਦਗੀ 'ਚ ਸੱਚ ਹੈ, ਬਾਕੀ ਸਭ ਝੂਠ ਹੈ। ਪਤਾ ਨਹੀਂ ਮੈਨੂੰ ਕਿਉਂ ਲੱਗਦਾ, ਕਿਉਂਕਿ ਮੈਂ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗ ਤੱਕ ਜਦੋਂ ਉਹਨਾਂ ਦੀ ਜ਼ਿੰਦਗੀ ਦੇਖਦਾ ਨਾ, ਕਿ ਜ਼ਿੰਦਗੀ ਤੁਸੀਂ ਕੀਤਾ ਕੀ ਮੈਨੂੰ ਦੱਸ ਤਾਂ ਦਿਓ। ਸਵੇਰੇ ਆਫਿਸ ਚਲ ਗਏ, ਸਾਰਾ ਦਿਨ ਖਪਾਈ ਕਰਕੇ 4 ਨੋਟ ਘਰੇ ਕਮਾ ਲਿਆਂਦੇ, ਫਿਰ ਸਾਰਾ ਦਿਨ ਖਪਾਈ ਕਰਕੇ ਨੋਟ ਘਰੇ ਕਮਾ ਲੈਂਦੇ। ਜੇ ਤੁਸੀਂ ਛਾਪ ਹੀ ਛੱਡ ਕੇ ਨਹੀਂ ਗਏ ਇਸ ਧਰਤੀ ਤੇ ਆਏ ਦੀ, ਫਿਰ ਤਾਂ 20 ਸਦੀਆਂ ਥੱਲੇ ਦਫ਼ਨ ਹੈ ਸਾਡੇ। 21ਵੀਂ ਸਦੀ ਵਿੱਚ ਆਪਾਂ ਚੱਲ ਰਹੇ, 20 ਸਦੀਆਂ ਥੱਲੇ ਦਫ਼ਨ ਹੈ, ਇੱਕ ਹੋਰ ਦਫ਼ਨ ਹੋ ਜਾਏਗੀ। ਤੁਸੀਂ ਲੱਗ ਕੀ ਹੋ? ਯਾਦ ਕਿਹਨੂੰ ਕੀਤਾ ਜਾਂਦਾ ਜਿਹੜਾ ਕਿਸੇ ਦੀ ਜਿੰਦਾ? ਮੈਂ ਨਹੀਂ ਕਹਿੰਦਾ ਤੁਸੀਂ ਬਿਜ਼ਨਸ ਨਾ ਕਰੋ,
ਪਰ ਇੱਕ ਟਾਈਮ ਬਣਾਓ ਕਿ ਮੈਂ ਆਪਣੀ ਦਿਹਾੜੀ ਦਾ ਇੰਨਾ ਸਮਾਂ ਕਿਸੇ ਨੂੰ ਦੇਣਾ। ਅੱਜ ਹਰ ਦੂਜਾ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ, ਤੁਹਾਨੂੰ ਪਤਾ ਰੀਜ਼ਨ ਕੁਛ ਸੁਣਨ ਵਾਲਾ ਹੀ ਹੈ, ਕੁਛ ਸੁਣਨ ਵਾਲਾ ਹੀ ਹੈ ਨਹੀਂ ਕੋਲ ਬਹਿ ਕੇ ਕਿ ਦੱਸ ਭਾਈ ਤੇਰੇ ਕੀ ਦੁੱਖ ਨੇ, ਹੈਲਪ ਕਰਨਾ ਨਾ ਕਰਨਾ ਲੱਗ ਗਿਆ, ਸਾਡੇ ਕੋਲ ਸੁਣਨ ਲਈ ਵੀ ਵਕਤ ਹੈ। ਔਰ ਜੇ ਤੁਸੀਂ ਕਿਸੇ ਦਾ ਦੁੱਖ ਬਹਿ ਕੇ ਸੁਣ ਲਓ ਨਾ, ਅੱਧੇ ਦੁੱਖ ਉਹਦੇ ਵੈਸੇ ਹੀ ਖਤਮ ਹੋ ਜਾਂਦਾ। ਇੱਕ ਵਾਰੀ ਇੱਕ ਬੰਦਾ ਡਿਸਾਈਡ ਕਰ ਲੈਂਦਾ ਮੈਂ ਸੁਸਾਈਡ ਕਰਨਾ ਕਿ ਮੈਂ ਮਰਨ ਲੱਗਾ, ਉਸ ਤੋਂ ਪਹਿਲਾਂ ਕਹਿੰਦਾ ਜਦੋਂ ਮੈਂ ਇੱਕ ਅਨਨੋਨ ਨੰਬਰ 'ਤੇ ਕਾਲ ਕਰੂੰਗਾ ਉਸ ਤੋਂ ਬਾਅਦ ਮੈਂ ਸੁਸਾਈਡ ਕਰ ਲੂੰਗਾ, ਰੱਸੀ ਲਾ ਲੂੰਗਾ। ਉਹ ਇੱਕ ਅਨਨੋਨ ਨੰਬਰ ਮਿਲਾਉਂਦਾ, ਕਾਲ ਕਰਦਾ, ਕਹਿੰਦਾ ਹੈਲੋ ਮੈਂ ਮਰਨ ਲੱਗਾ ਅਤੇ ਮੈਂ ਤੈਨੂੰ ਲਾਸਟ ਵਾਰੀ ਗੱਲ ਕਰਨੀ। ਉਹ ਕੋਈ ਤੁਹਾਡੇ ਵਰਗਾ ਮਹਾਂਪੁਰਖ ਹੁੰਦਾ ਜਿਹਨੇ ਫੋਨ ਚੱਕਿਆ ਹੁੰਦਾ, ਕਹਿੰਦਾ ਕਿਉਂ ਮਰਨ ਲੱਗਾ, ਉਹ ਇੱਕੋ ਦਮ ਹੋ ਜਾਂਦਾ, ਨਹੀਂ ਤੂੰ ਮਰਨਾ ਨਹੀਂ, ਜ਼ਿੰਦਗੀ ਇੰਨੀ ਕੀਮਤੀ ਹੈ। ਕਹਿੰਦਾ ਨਹੀਂ ਨਹੀਂ ਮੈਂ ਬੜਾ ਪਰੇਸ਼ਾਨ ਹਾਂ। ਦੱਸ ਕਿਉਂ ਪਰੇਸ਼ਾਨ ਹੈ, ਉਹਨੂੰ ਦੱਸਦਾ, ਕਹਿੰਦਾ ਚੱਲ ਠੀਕ ਹੈ ਓਕੇ ਬਾਈ, ਤੈਨੂੰ ਦੱਸਦੀ ਆਪਣੀ ਕਹਾਣੀ ਅਤੇ ਉਹਨੂੰ ਚੱਕਾ। ਉਹ ਬੰਦਾ ਇੰਨਾ ਘਬਰਾ ਜਾਂਦਾ, ਉਹਦੇ ਫੋਨ ਨੰਬਰ ਤੋਂ ਲੱਭਣਾ ਸ਼ੁਰੂ ਕਰ ਦਿੰਦਾ ਆਧਾਰ ਕਾਰਡ ਤੋਂ ਕਿ ਤੇ ਮੈਂ ਘਰ ਦਾ ਸੁਸਾਈਡ ਰੋਕਾਂ। ਉਹ ਜਦੋਂ ਉਹਦੇ ਘਰ ਤੱਕ ਪਹੁੰਚਦਾ ਦੇਖਦਾ ਬੰਦਾ ਬੈਠਾ ਸੁਸਾਈਡ ਕੈਂਸਲ ਕਰਦਾ। ਉਹ ਕਹਿੰਦਾ ਤੂੰ ਸੁਸਾਈਡ ਕੈਂਸਲ ਕਿਉਂ ਕਰਦਾ, ਐਸੀ ਕਿਹੜੀ ਮੇਰੀ ਗੱਲ ਜਿਹੜੀ ਤੇਰੀ ਦਿਲ ਤੇ ਲੱਗ ਗਈ ਤੂੰ ਸੁਸਾਈਡ ਕੈਂਸਲ ਕਰਦਾ। ਕਹਿੰਦਾ ਕੋਈ ਵੀ ਨਹੀਂ। ਕਹਿੰਦਾ ਫਿਰ, ਕਹਿੰਦਾ ਤੂੰ ਮੇਰੀ ਸੁਣ ਲਈ, ਸਾਡੇ ਕੋਲ ਸੁਣਨ ਲਈ ਵੀ ਵਕਤ ਹੈ। ਦੇਖੋ ਇਨਸਾਨ ਨੂੰ ਨਾ ਦੁਨੀਆ ਸਭ ਕੁਛ ਦਿਖ ਜਾਂਦਾ, ਆਪਣੀ ਕਮੀ ਨਹੀਂ ਨਜ਼ਰ ਆਉਂਦੀ, ਸਭ ਕੁਛ ਦਿਖਦਾ। ਸ਼ੀਸ਼ੇ ਮੂਹਰੇ ਰੋਜ਼ ਖੜਦੇ ਹਾਂ ਪਰ ਆਪਣੀਆਂ ਕਮੀਆਂ ਨਹੀਂ ਦੇਖਦੇ। ਇਹ ਕਹਾਵਤਾਂ ਬੋਲਣ ਨੂੰ ਚੰਗੀਆਂ ਨੇ, ਮੈਂ ਵੀ ਇਹੀ ਕਹਾਵਤਾਂ ਸੁਣ ਕੇ ਵੱਡਾ ਹੋਇਆ। ਮੈਂ ਵੀ ਇੱਕ ਐਸੀ ਫੈਮਿਲੀ 'ਚ ਬੋਰ ਹੋਇਆ ਸੀਗਾ ਜਿੱਥੇ ਸਾਰਾ ਦਿਨ ਮੈਨੂੰ ਖਰਚੇ ਤੋਂ ਇਲਾਵਾ ਕੋਈ ਕੰਮ ਨਹੀਂ ਸੀ, ਰੋਜ਼ ਬੰਸਲੰਨੇ ਕੱਪੜੇ ਗੇੜੀਆਂ। ਤਾਂ ਮੇਰੇ ਮਾਂ ਬਾਪ ਨੂੰ ਟੈਨਸ਼ਨ ਸੀ ਕਿ ਇਹਨੂੰ ਬੱਚੇ ਨੂੰ ਸੁਧਾਰਨਾ ਕਿਵੇਂ। ਆ ਜਿਹੜੀਆਂ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਮੈਂ ਸੱਚੀ ਹੋਈ ਇਹਨਾਂ 'ਤੇ ਪਹਿਲਾਂ ਅਮਲ ਕੀਤਾ ਜ਼ਿੰਦਗੀ 'ਚ ਆਪਣੀ, ਫਿਰ ਬੋਲਣ ਯੋਗਾ ਹੋਇਆ। ਨਹੀਂ ਤਾਂ ਮੇਰੀਆਂ ਵੀਡੀਓਜ਼ ਦੇਖ ਕੇ ਤਾਂ ਮੈਨੂੰ ਲੋਕ ਆ ਕਹਿਣ, ਪਹਿਲਾਂ ਤੂੰ ਤਾਂ ਅਮਲ ਕਰ, ਤੂੰ ਕੀ ਕਰ ਰਿਹਾ ਸਮਾਜ ਲਈ, ਤੂੰ ਦੱਸ ਪਹਿਲਾਂ ਤੇਰੀ ਕੀ ਦੇਣ ਹੈ। ਤਾਂ ਪਹਿਲਾਂ ਦਿੱਤੀ ਮਹਾਰਾਜ ਕਰਾਉਣ ਵਾਲੇ ਨੇ, ਮੈਂ ਕੌਣ, ਫਿਰ ਦੱਸਣ ਵਾਲੇ ਹੋਏ। ਨਹੀਂ ਤਾਂ ਤੁਹਾਨੂੰ ਉਹ ਜੇ ਕੋਈ ਖੜ ਕੇ ਬਿਜ਼ਨਸ ਮਾਡਲ ਸਮਝਾਵੇ, ਜੇ ਤਾਂ ਆਪਦਾ ਕੋਈ ਬਿਜ਼ਨਸ ਨਹੀਂ ਸੀ, ਕਹੂੰਗਾ ਪਹਿਲਾਂ ਆਪਣਾ ਤਾਂ ਕਰ ਲਾ। ਕਹੋਗੇ ਨਾ ਦ ਵਰਲਡ ਵਿਲ ਚੇਂਜ ਵਿਦ ਯਰ ਐਗਜ਼ਾਮਪਲ ਨਾਟ ਵਿਦ ਯਰ ਓਪੀਨੀਅਨ। ਕਰਕੇ ਦਿਖਾਓ, ਐਗਜ਼ਾਮਪਲ ਬਣੋ। ਤਾਂ ਸਾਡੀ ਐਨ ਜੀ ਓ ਏਕ ਜ਼ਰੀਆ ਫਾਊਂਡੇਸ਼ਨ ਇਜ਼ ਦ ਵਰਲਡਸ ਫਸਟ ਕੈਸ਼ਲੈਸ ਐਨ ਜੀ ਓ। ਵਰਲਡਸ ਗੋਰੇ ਵੀ ਨਹੀਂ ਰੀਸ ਕਰ ਸਕਦੇ। ਇਹ ਉਹ ਪਾਨ ਭੰਡਾਰ ਨਹੀਂ ਖੋਲਿਆ ਮੈਂ ਕਿ ਜਿਹਨੂੰ ਦੇਖ ਕੇ ਬਿਜ਼ਨਸ ਨੂੰ ਅਤੇ ਚਾਰ ਦੁਕਾਨਾਂ ਹੋਰ ਨਾਲ ਖੁੱਲ ਗਈਆਂ। ਇਹ ਐਸਾ ਬਿਜ਼ਨਸ ਮਾਡਲ ਹੈ ਜਿਹਨੂੰ ਕਰਨ ਤੋਂ ਪਹਿਲਾਂ ਬੰਦਾ 100 ਵਾਰੀ ਸੋਚੂਗਾ ਕਰਨਾ ਹੈ। ਘਾਟੇ ਦਾ ਸੌਦਾ ਹੈ, ਸੌਦਾ ਕੀ ਹੈ ਇਹ ਬਿਜ਼ਨਸ ਮਾਡਲ ਸਾਡਾ ਐਸਾ ਹੈ ਜਿਹਦੇ ਵਿੱਚ ਸਾਡੀ ਐਨ ਜੀ ਓ ਦਾ ਕੋਈ ਅਕਾਊਂਟ ਨੰਬਰ ਨਹੀਂ, ਕੋਈ ਪੇਟੀਐਮ ਨੰਬਰ ਨਹੀਂ। ਔਰ ਹੁਣ ਤੱਕ ਫਿਰ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ 1,25,000 ਤੋਂ ਜ਼ਿਆਦਾ ਪੇਸ਼ੈਂਟਾਂ ਦੀ ਹੈਲਪ ਹੋ ਗਈ। 45-50 ਕਰੋੜ ਰੁਪਏ ਲੋਕਾਂ ਨੇ ਡੋਨੇਟ ਕਰਤਾ। ਹਾਓ ਹਾਓ ਵੀ ਵਰਕ। ਸਾਡੇ ਕੋਲ ਗੋਰੇ ਵੀ ਆਉਂਦੇ ਨੇ ਨਾ, ਸਾਡੀਆਂ ਵੀਡੀਓਜ਼ ਦੇ ਵਿੱਚ ਗੋਰੇ ਵੀ ਆਉਂਦੇ ਨੇ। ਤਾਂ ਮੈਂ ਛੋਟੀ ਮੋਟੀ ਇੰਗਲਿਸ਼ ਬੋਲ ਗਿਆ ਉਹਨਾਂ ਨਾਲ, ਕਿਉਂਕਿ ਇੱਕ ਲੈਂਗੁਏਜ ਹੈ ਬੋਲਣੀ, ਮੈਨੂੰ ਇੰਗਲਿਸ਼ ਵੀ ਆਉਂਦੀ ਹੈ। ਪਰ ਮੈਨੂੰ ਇਹ ਲੱਗਦਾ ਕਿ ਮੈਂ ਇਹ ਨਾ ਐਗਜ਼ਾਮਪਲ ਸੈੱਟ ਕਰਾਂ ਕਿ ਇੰਗਲਿਸ਼ ਇੱਕ ਨੌਲੇਜ ਹੈ, ਉਹ ਸਿਰਫ ਇੱਕ ਭਾਸ਼ਾ ਹੈ, ਜਿਵੇਂ ਪੰਜਾਬੀ ਭਾਸ਼ਾ, ਹਿੰਦੀ ਭਾਸ਼ਾ, ਇੰਗਲਿਸ਼ ਵੀ ਇੱਕ ਭਾਸ਼ਾ। ਪਰ ਅਸੀਂ ਵੱਡੇ ਉਸ ਸੁਸਾਇਟੀ 'ਚ ਹੋਏ ਜਿੱਥੇ ਇੰਗਲਿਸ਼ ਬੋਲਦੇ ਬੰਦੇ ਨੂੰ ਬਹੁਤ ਪੜ੍ਹਿਆ ਲਿਖਿਆ ਮੰਨਿਆ ਜਾਂਦਾ, ਅਤੇ ਪੰਜਾਬੀ ਬੋਲਣ ਵਾਲੇ ਨੂੰ ਕਿ ਤਾਂ ਜੀ ਅਨਪੜ੍ਹ ਬੰਦੇ ਨੇ। ਕਦੀ ਬੈਠੋ ਅਨਪੜ੍ਹ ਬੰਦੇ ਨਾਲ, ਤੁਹਾਨੂੰ ਦੱਸੇਗਾ ਪੜ੍ਹਾਈ ਲਿਖਾਈ ਕੀ ਹੈ। ਤਾਂ ਜਦੋਂ ਗੋਰੇ ਸਾਡੇ ਕੋਲ ਆਉਂਦੇ ਨੇ, ਸਾਡੀ ਐਨ ਜੀ ਓ 'ਚ ਬੜੇ ਗੋਰੇ ਆਏ ਨੇ ਹੈਲਪ ਕਰਨ, ਜਿੱਦਾਂ NRI ਆਉਂਦੇ ਨੇ, ਉਹਨਾਂ ਫਰੈਂਡਸ ਨਾਲ ਲੈ ਕੇ ਆਉਂਦੇ ਨੇ ਕਿ ਆ ਜਾ ਤੈਨੂੰ ਪੰਜਾਬ ਘੁਮਾਈਏ। ਤਾਂ ਗੋਰੇ ਆਪਣੇ ਮੂੰਹ ਕਹਿ ਕੇ ਜਾਂਦੇ ਨੇ ਕਿ ਇਹ ਐਨ ਜੀ ਓ ਦੁਨੀਆਂ 'ਚ ਦੂਜੀ ਨਹੀਂ ਖੁੱਲ ਸਕਦੀ, ਕਿਉਂਕਿ ਕੁਰਬਾਨੀ ਬਹੁਤ ਵੱਡੀ, ਤੁਹਾਨੂੰ ਆਪਣੀ ਲਾਈਫ ਡੈਡੀਕੇਟ ਕਰਨੀ ਪੈਣੀ। ਸਪੋਜ਼ ਮੈਂ ਇੱਕ ਬਿਜ਼ਨਸ ਮਾਡਲ ਤੁਹਾਨੂੰ ਇੱਥੇ ਸਮਝਾਵਾਂ ਐਸਾ ਜਿਹਦੇ 'ਚ ਕੋਈ ਪ੍ਰੋਫਿਟ ਨਹੀਂ, ਤੁਸੀਂ ਕੋੜੋ ਪੈਸੇ ਦੇਣੇ ਨੇ, ਕੋਈ ਬਿਜ਼ਨਸ ਕਰੇਗਾ, ਇੱਕ ਵੀ ਬੰਦਾ ਹੱਥ ਨਹੀਂ ਖੜਿਆ ਕਰੇਗਾ। ਉਹ ਕਹੇਗਾ ਨਹੀਂ ਤੂੰ ਤਾਂ ਪਾਗਲ ਹੈ, ਜਿਹੜੀ ਪਾਗਲ। ਤਾਂ ਇਹ ਉਹ ਹੈ ਏਕ ਜ਼ਰੀਆ ਫਾਊਂਡੇਸ਼ਨ, ਵਿਦਆਊਟ ਐਨੀ ਸੈਲਰੀ, ਵਿਦਆਊਟ ਐਨੀ ਪਰਸਨਲ ਬੈਨੀਫਿਟ ਚੱਲ ਰਹੀ ਹੈ। ਮੇਰਾ ਮਕਸਦ ਹੈ ਜ਼ਿੰਦਗੀ ਦਾ, ਕੋਈ ਮੈਂ ਇੱਕ ਪਹਾੜ ਦੀ ਚੋਟੀ 'ਤੇ ਨਹੀਂ ਪਹੁੰਚਣਾ ਚਾਹੁੰਦਾ,
ਕਿਉਂਕਿ ਜਦੋਂ ਬੰਦਾ ਪਹਾੜ ਦੀ ਚੋਟੀ ਤੇ ਪਹੁੰਚ ਜਾਂਦਾ ਨਾ, ਫਿਰ ਉਹ ਥੱਲੇ ਹੀ ਆਉਂਦਾ, ਅੱਗੇ ਜਾਣ ਦਾ ਕੋਈ ਰਸਤਾ। ਮੈਂ ਚਾਹੁੰਦਾ ਪਰਮਾਤਮਾ ਮੈਨੂੰ ਪਹਾੜ ਦੇ ਸਫ਼ਰ ਦੀ ਰੱਖੇ ਔਰ ਉਹ ਚੋਟੀ ਮੈਂ ਦੇਖਦਾ ਰਹਾਂ, ਪਹੁੰਚਾਂ ਕਦੀ ਨਾ, ਕਿਉਂਕਿ ਜਿਸ ਦਿਨ ਪਹੁੰਚ ਗਿਆ ਉਸ ਦਿਨ ਮੇਰੇ ਕੋਲ ਦੂਜਾ ਆਪਸ਼ਨ ਨਹੀਂ ਹੈ ਸਿਵਾਏ ਥੱਲੇ ਆਉਣ। ਤਾਂ ਜ਼ਿੰਦਗੀ 'ਚ ਕਦੀ ਨਾ ਸੋਚੋ ਕਿ ਮੈਂ ਕਿਸੇ ਦਾ ਨੁਕਸਾਨ ਕਰਨਾ, ਕਿਸੇ ਦਾ ਬੁਰਾ ਥੋਟ ਆਵੇ ਵੀ ਨਾ ਤਾਂ ਵੀ ਰਾਮ ਰਾਮ ਵਾਹਿਗੁਰੂ, ਜਿਹਨਾਂ ਨੂੰ ਤੁਸੀਂ ਮੰਨਦੇ ਹੋ ਉਹਨਾਂ ਦਾ ਨਾਮ ਲੈਣਾ ਸ਼ੁਰੂ ਕਰੋ। ਰੱਬਾ ਮੈਂ ਇੰਨਾ ਮਾੜਾ ਨਾ ਸੋਚਵਾ ਮੈਨੂੰ ਇਹਦਾ, ਕਿਉਂਕਿ ਤੁਸੀਂ ਮਾੜਾ, ਉਹ ਕਹਿੰਦੇ ਨੇ ਕਿ ਚੰਗਾ ਸੁਣਿਆ ਕਰੋ, ਚੰਗਾ ਸੁਣਨ ਦੇ ਨਾਲ ਚੰਗੇ ਸ਼ਬਦ ਮੂੰਹ ਚੋਂ ਨਿਕਲਣਗੇ, ਚੰਗੇ ਸ਼ਬਦਾਂ ਦੇ ਨਾਲ ਚੰਗੀ ਸੋਚ ਬਣੇਗੀ ਤੁਹਾਡੀ, ਚੰਗੀ ਸੋਚ ਦੇ ਨਾਲ ਤੁਸੀਂ ਲੋਕਾਂ ਨੂੰ ਚੰਗਾ ਮੈਸੇਜ ਦਿਓਗੇ, ਚੰਗੇ ਮੈਸੇਜ ਦੇ ਨਾਲ ਤੁਹਾਡਾ ਚੰਗਾ ਕਿਰਦਾਰ ਬਣੇਗਾ ਔਰ ਚੰਗੇ ਕਿਰਦਾਰ ਦੇ ਨਾਲ ਤੁਸੀਂ ਪਹਿਚਾਣੇ ਜਾਓਗੇ ਤੁਸੀਂ ਇਨਸਾਨ ਕਿਵੇਂ। ਤਾਂ ਪ੍ਰੋਸੈਸ ਸਟਾਰਟਸ ਫਰੋਮ ਅਸੀਂ ਸੁਣਨਾ ਕੀ ਹੈ। ਅਸੀਂ ਜੋ ਖਾਂਦੇ ਹਾਂ ਉੱਦਾਂ ਦੀ ਬਾਡੀ ਬਣ ਜਾਂਦੀ ਹੈ, ਫਿਰ ਜੋ ਦਿਮਾਗ 'ਚ ਪਾਉਂਦੇ ਹਾਂ ਉੱਦਾਂ ਦੀ ਬਾਡੀ ਬਣ ਜਾਂਦੀ। ਕਦੀ ਨਾ ਸੁਣੋ ਕਿਸੇ ਦੀ ਲੜਾਈ, ਕਦੀ ਨਾ ਸੁਣੋ ਕਿਸੇ ਦੀਆਂ ਗਾਲਾਂ, ਕਦੀ ਨਾ ਸੁਣੋ ਕਿਸੇ ਦੀ ਚੁਗਲੀ। ਚੰਗਾ ਚੀਜ਼ਾਂ ਸੁਣਨੀਆਂ ਸ਼ੁਰੂ ਕਰੋ, ਤੁਹਾਨੂੰ ਦੁਨੀਆ ਬਹੁਤ ਚੰਗੀ ਲੱਗਣ ਲੱਗਦੀ। ਮੈਨੂੰ ਤਾਂ ਕਿਸੇ 'ਚ ਕਮੀਆਂ ਵੀ ਨਜ਼ਰ ਆਉਂਦੀ। ਜੇ ਤੁਸੀਂ ਮੈਨੂੰ ਕਿਸੇ ਨੂੰ ਨਿੰਦਣ ਲਈ 2 ਮਿੰਟ ਕਹਿ ਦਿਓ, ਮੈਨੂੰ ਗੱਲ ਨਹੀਂ ਲੱਭਣੀ ਕਿਸੇ ਗੱਲ ਤੋਂ ਨਿੰਦਾ ਯਾਰ, ਕਿਉਂਕਿ ਉਹ ਵੀ ਤਾਂ ਪਰਮਾਤਮਾ ਦੀ ਅੰਸ਼ ਹੈ। ਜੇ ਤੁਸੀਂ ਰੱਬ ਦੇ ਬਣਾਏ ਬੱਚੇ ਹੋ ਤਾਂ ਉਹ ਵੀ ਬੱਚੇ, ਔਰ ਅਸੀਂ ਦੋਨੋਂ ਜੇ ਆਪਸ 'ਚ ਕਨੈਕਟਡ ਹਾਂ ਫਿਰ ਉਹ ਮਾੜਾ ਕਿਵੇਂ। ਤਾਂ ਮੇਰੀ ਰਿਕੁਐਸਟ ਹੈ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਜਿਹੜੇ ਜਿਹੜੇ ਵੀ ਕੋਨੇ 'ਚੋਂ ਪੰਜਾਬ ਤੋਂ ਬਾਹਰੋਂ ਆਏ ਹੋ, ਬੋਰ ਤਾਂ ਨਹੀਂ ਕਰ ਰਹੇ, ਲੇਟ ਤਾਂ ਨਹੀਂ ਕਰ ਰਹੇ, ਓਕੇ। ਅਤੇ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਇੱਕ ਇਨਸਾਨੀਅਤ ਦਾ ਧਰਮ ਸਭ ਤੋਂ ਉੱਚਾ ਧਰਮ ਧਰਮਾਂ ਦੇ ਚੱਕਰ 'ਚ ਨਾ ਲਓ ਕਿ ਮੈਂ ਘੈਂਟਾਂ। ਜਿਹੜਾ ਬੰਦਾ ਕਹਿੰਦਾ ਨਾ ਕਿ ਤੂੰ ਨੀਵਾਂ ਮੈਂ ਉੱਚਾ, ਉਹਨੂੰ ਕਹਿੰਦਾ ਨੀਚੇ ਹੀ ਠੀਕ ਹੈ, ਤੈਨੂੰ ਉੱਚ ਗਰੀਬ ਮੁਬਾਰਕ। ਮੈਂ ਕੀ ਲੈਣਾ ਉੱਚਾ ਬਣ ਕੇ, ਮੈਂ ਕੀ ਲੈਣਾ ਵੱਡਾ ਬਣ ਕੇ, ਜਦ ਮੈਨੂੰ ਛੋਟੇ ਹੁੰਦੇ ਸਭ ਕੁਛ ਮਿਲ ਰਿਹਾ। ਤਾਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸੋਚ ਕੇ ਕੋਸ਼ਿਸ਼ ਕਰੋ ਜ਼ਿੰਦਗੀ ਦੇ ਵਿੱਚ ਕਿ ਕਿਸੇ ਦੀ ਮਦਦ ਕਰ ਸਕੋ, ਕਿਸੇ ਦੇ ਕੰਮ ਆ ਸਕੋ, ਜਿੰਨਾ ਜ਼ਿਆਦਾ ਆ ਸਕੋ। ਇਨਕਰੀਜ਼ ਦਾ ਵੋਲਿਊਮ ਡੇ ਬਾਈ ਡੇ। ਇਹ ਨਹੀਂ ਕਿ ਸਾਲ 'ਚ ਇੱਕ ਅੱਧੀ ਜਗਰਾਤੇ ਦੀ ਪਰਚੀ ਕਟਾ ਦੀ ਅਤੇ ਬਹੁਤ ਵੱਡੇ ਦਾਨੀ ਬਣ ਗਏ, ਨਾ। ਤੁਹਾਡਾ ਡੋਨੇਸ਼ਨ ਸਹੀ ਜਗ੍ਹਾ ਜਾਣਾ ਇਹ ਵੀ ਤੁਹਾਡਾ ਫਰਜ਼ ਹੈ। ਗੁਰੂ ਮਹਾਰਾਜ ਕਹਿੰਦੇ ਨੇ ਜਿਹੜਾ ਦਾਨ ਨਹੀਂ ਕੱਢਦਾ ਉਹ ਪਾਪੀ ਹੈ, ਜਿਹੜਾ ਦਾਨ ਗਲਤ ਜਗ੍ਹਾ 'ਤੇ ਕੱਢਦਾ ਉਹ ਹੋਰ ਵੱਡਾ ਪਾਪੀ ਹੈ। ਜਿਵੇਂ ਕਹਿੰਦੇ ਨੇ ਕਿ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ, ਉਵੇਂ ਦਾਨ ਹੈ। ਸਾਡੀ ਐਨ ਜੀ ਓ ਦਾ ਕੰਸੈਪਟ ਕੀ ਹੈ? ਕੋਈ ਅਕਾਊਂਟ ਨੰਬਰ ਨੂੰ ਤੁਸੀਂ ਹੈਲਪ ਕਿਵੇਂ ਕਰੋਗੇ? ਹਰ ਸ਼ਹਿਰ ਦੇ ਵਿੱਚ ਲੋੜਵੰਦ ਮਰੀਜ਼ ਹੈ। ਤੁਸੀਂ ਇੰਨੀ ਦੂਰੋਂ ਬਹਿ ਕੇ ਮੇਰੇ ਲੁਧਿਆਣੇ ਦੇ ਮਰੀਜ਼ ਦੀ ਕਿਉਂ ਹੈਲਪ ਕਰਨੀ? ਆਪਣੇ ਸ਼ਹਿਰ ਦੇ ਮਰੀਜ਼ ਦੀ ਕਰੋ ਨਾ, ਆਪਣਾ ਘਰ ਸੰਭਾਲੋ। ਤਾਂ ਸਾਡੀ ਐਨ ਜੀ ਓ ਦੇ ਵਿੱਚ ਕੀ ਹੁੰਦਾ, ਅਸੀਂ ਤਕਰੀਬਨ ਪੰਜਾਬ ਦੇ 17 ਸਟੇਟਸ ਦੇ ਵਿੱਚ ਕੰਮ ਕਰਦੇ ਹਾਂ। ਐਨ ਜੀ ਓ ਦਾ ਨਾਮ ਹੈ ਏਕ ਜ਼ਰੀਆ ਫਾਊਂਡੇਸ਼ਨ। ਵੀ ਆਰ ਜਸਟ ਏਕ ਜ਼ਰੀਆ, ਇੱਕ ਪੁਲ। ਜਿਵੇਂ ਇੱਕ ਨਦੀ ਨੂੰ ਪਾਰ ਕਰਨ ਲਈ ਇੱਕ ਪੁਲ ਦੀ ਲੋੜ ਹੁੰਦੀ ਹੈ, ਇੱਕ ਕੋਨੇ ਤੋਂ ਦੂਜੇ ਕੋਨੇ ਜਾਣ ਲਈ, ਉਵੇਂ ਅਸੀਂ ਇੱਕ ਜ਼ਰੀਆ ਫਾਊਂਡੇਸ਼ਨ ਹਾਂ। ਸਾਡੀ ਐਨ ਜੀ ਓ 'ਚ ਰੋਜ਼, ਰੋਜ਼ ਦਾ ਮਤਲਬ ਰੋਜ਼, ਰੋਜ਼ ਦਾ ਮਤਲਬ ਤਿੰਨ ਦਿਨ ਔਫ ਨਹੀਂ ਹਫ਼ਤੇ 'ਚ, ਰੋਜ਼ ਦਾ ਮਤਲਬ ਕਿ ਸਾਡੀ 8 ਦੀਵਾਲੀਆਂ ਵੀ ਉੱਥੇ ਹੀ ਬੀਤੀਆਂ, 8 ਨਵੇਂ ਸਾਲ ਵੀ ਉੱਥੇ ਬੀਤੇ ਨੇ, ਆਹ ਵਾਲਾ ਨਵਾਂ ਸਾਲ ਵੀ ਅਸੀਂ ਉੱਥੇ ਹੀ ਹੋਣਾ। ਮੇਰੀ ਜ਼ਿੰਦਗੀ 'ਚ ਕੋਈ ਤਿਉਹਾਰ ਨਹੀਂ, ਕੋਈ ਫੈਸਟੀਵਲ ਨਹੀਂ, ਕੋਈ ਖੁਸ਼ੀ ਦਾ ਮੂਮੈਂਟ ਨਹੀਂ, ਕੋਈ ਗਮ ਦਾ ਮੂਮੈਂਟ ਨਹੀਂ, ਸਿਰਫ ਸੇਵਾ। ਸ਼ਾਮ ਨੂੰ 7 ਵਜੇ ਅਸੀਂ ਉੱਥੇ ਪਹੁੰਚ ਜਾਂਦੇ ਹਾਂ, ਮੈਡਮ ਆਏ ਸੀ ਸਾਨੂੰ ਉੱਥੇ ਇਨਵਾਈਟ ਕਰਨ, ਅਤੇ ਉੱਥੇ ਰੋਜ਼ 100-150 ਦੁਖੀ ਪਰਿਵਾਰ ਆਪਣੇ ਦੁੱਖ ਲੈ ਕੇ ਆਉਂਦੇ। ਮੈਂ ਨਹੀਂ ਕਹਿੰਦਾ ਕਿ ਅਸੀਂ ਉਹਦੀ ਹੈਲਪ ਕਰਦੇ ਹਾਂ, ਅਸੀਂ ਉਹਨੂੰ ਸੁਣਦੇ ਹਾਂ, ਔਰ ਉਹਨੂੰ ਸੁਣਨ ਤੋਂ ਬਾਅਦ ਤੁਸੀਂ ਯਕੀਨ ਮੰਨੋ, ਮੈਨੂੰ ਇੱਕ ਬੰਦਾ ਕਹਿੰਦਾ ਯਾਰ ਤੂੰ ਐਨ ਜੀ ਓ ਦਾ ਅਕਾਊਂਟ ਨੰਬਰ ਨਹੀਂ ਬਣਾਇਆ, ਬਣਾ ਉਹਦੇ ਫਾਇਦੇ ਬੜੇ ਨੇ। ਮੈਂ ਕਿਹਾ ਕੀ ਫਾਇਦੇ ਨੇ? ਕਹਿੰਦਾ ਤੂੰ ਦਾਨ ਸਟੋਰ ਕਰਿਆ ਕਰ, ਲੋਕਾਂ ਦੀ ਡੋਨੇਸ਼ਨ ਸਟੋਰ ਕਰ, ਵੱਡੀਆਂ ਵੱਡੀਆਂ ਕੰਪਨੀਜ਼ ਤੈਨੂੰ ਡੋਨੇਸ਼ਨ ਦੇਣਗੀਆਂ, ਵੱਡੇ ਵੱਡੇ ਲੋਕ ਤੈਨੂੰ ਡੋਨੇਸ਼ਨ ਦੇਣਗੇ। ਮੈਂ ਕਿਹਾ ਫਿਰ? ਕਹਿੰਦੇ ਫਿਰ ਤੂੰ ਹੋਰ ਲੋਕਾਂ ਦੀ ਮਦਦ ਕਰੇਗਾ। ਮੈਂ ਕਿਹਾ ਜਿਨ੍ਹਾਂ ਨੂੰ ਪਰਮਾਤਮਾ ਨੂੰ ਜੇ ਲੋਕਾਂ ਦੇ ਹੰਝੂ ਨਜ਼ਰ ਆਉਂਦੇ ਨੇ ਨਾ, ਜੇ ਮੈਨੂੰ ਨਜ਼ਰ ਆ ਰਹੇ ਨੇ ਤਾਂ ਉਹਨੂੰ ਵੀ ਨਜ਼ਰ ਆ ਰਹੇ ਨੇ, ਉਹ ਆਪੇ ਕੋਈ ਨਾ ਕੋਈ ਜ਼ਰੀਆ ਭੇਜ ਦੇਗਾ ਇਹਦੀ ਮਦਦ ਲਈ। ਸਾਡੀ ਜਿੱਦ ਹੈ ਕਿਸੇ ਅਕਾਊਂਟ ਨੰਬਰ ਨਹੀਂ ਖੋਲਣਾ। ਤਾਂ ਉਸ ਲੋਕੇਸ਼ਨ 'ਤੇ ਰੋਜ਼ ਪਿਛਲੇ 8 ਸਾਲਾਂ ਤੋਂ ਬਿਨ ਨਾਗਾ ਮੰਡੇ ਟੂ ਸੰਡੇ ਉੱਥੇ ਪੇਸ਼ੈਂਟਸ ਆਉਂਦੇ ਨੇ। ਅਸੀਂ ਇੱਕ ਇੱਕ ਕਰਕੇ ਪੇਸ਼ੈਂਟ ਨਾਲ ਗੱਲਬਾਤ ਕਰਦੇ ਹਾਂ, ਕੌਣ ਹੈ ਪੇਸ਼ੈਂਟ, ਕਿਉਂ ਹੈ,
ਉਹਦੇ ਘਰ ਦੀ ਵੈਰੀਫਿਕੇਸ਼ਨ ਕਰਦੇ ਹਾਂ, ਉਹਦੇ ਘਰ ਸਾਡਾ ਟੀਮ ਮੈਂਬਰ ਜਾਂਦਾ ਹੈ, ਔਰ ਵਿਦਇਨ 24 ਆਵਰ ਅਸੀਂ ਉਹ ਪੇਸ਼ੈਂਟ ਦਾ ਸੋਲਿਊਸ਼ਨ ਕਰਦੇ ਹਾਂ। ਜੇ ਕਿਸੇ ਬੱਚੇ ਦਾ ਓਪਰੇਸ਼ਨ ਹੋਣਾ ਉਹਦਾ ਓਪਰੇਸ਼ਨ ਕਰਵਾਉਂਦੇ ਹਾਂ, ਓਪਰੇਸ਼ਨ ਕਰਵਾਉਣ ਵਾਲੇ ਲੋਕ ਨੇ, ਡੋਨਰ ਨੇ, ਤਾਂ ਡੋਨਰਸ ਵੀ ਉੱਥੇ ਰੋਜ਼ ਆਉਂਦੇ ਨੇ। ਮਤਲਬ ਸਪੋਜ਼ ਸਾਲ 'ਚ ਕਿਸੇ ਦਾ ਇੱਕ ਦਿਨ ਬਰਥਡੇ ਆਉਂਦਾ, ਪਰ ਰੋਜ਼ ਕਿਸੇ ਨਾ ਕਿਸੇ ਦਾ ਤਾਂ ਬਰਥਡੇ ਆਉਂਦਾ ਹੀ ਆ। ਤਾਂ ਇੰਨੀ ਵੱਡੀ ਦੁਨੀਆ, ਜੇ ਹਰ ਬੰਦਾ ਸੋਚ ਲਵੇ ਕਿ ਮੈਂ ਸਿਰਫ ਆਪਣੇ ਬਰਥਡੇ 'ਤੇ ਹੀ ਜਾਣਾ ਉੱਥੇ ਹੈਲਪ ਕਰਨ, ਤਾਂ ਕਿੰਨਾ ਭਲਾ ਹੋ ਸਕਦਾ। ਤਾਂ ਉੱਥੇ ਕੋਈ ਨਾ ਕੋਈ ਰੋਜ਼ ਆਉਂਦਾ, ਅਤੇ ਐਵਰੇਜ ਡੋਨੇਸ਼ਨ ਅਸੀਂ ਰੋਜ਼ ਉੱਥੇ 2-2.5 ਲੱਖ ਰੁਪਇਆ ਕਰਦੇ ਹਾਂ ਬਿਨਾਂ ਅਕਾਊਂਟ ਨੰਬਰ। ਅਜੂਬਾ ਹੀ ਹੈ। ਲੋਕ ਕਹਿੰਦੇ ਨੇ ਕਰਾਮਾਤ ਨਹੀਂ ਹੁੰਦੀ, ਕਰਿਸ਼ਮਾ ਨਹੀਂ ਹੁੰਦਾ, ਮੇਰੇ ਨਾਲ ਹੁੰਦਾ। ਸਾਡੀ ਕਰਾਮਾਤ ਮੰਨਣ ਦਾ ਜ਼ਰੀਆ ਹੋਰ ਹੈ। ਮੈਂ ਹੁਣ ਕਰਿਸ਼ਮਾ 'ਚ ਇਹ ਤਾਂ ਨਹੀਂ ਦਿਖਾ ਸਕਦਾ ਤੁਹਾਨੂੰ ਕਿ ਮੈਂ ਬੋਤਲ ਹਵਾ 'ਚ ਚੱਕਤੀ, ਮੈਂ ਹੱਥ ਲਾ ਕੇ ਕੈਂਸਰ ਠੀਕ ਕਰਤਾ, ਨਹੀਂ। ਮੈਂ ਕਰਿਸ਼ਮਾ 'ਚ ਇਹ ਜ਼ਰੂਰ ਦਿਖਾ ਸਕਦਾ ਕਿ ਜੇ ਕੋਈ ਸੱਚੀ ਨੀਅਤ ਨਾਲ ਕੋਈ ਕੁਛ ਕਰੇਗਾ ਤਾਂ ਉਹਨੂੰ ਰੱਬ ਦਏਗਾ। ਹੁਣ ਉਹਨੂੰ ਤੁਸੀਂ ਹੋਪ ਕਹਿ ਲਓ, ਤੁਸੀਂ ਉਹਨੂੰ ਉਮੀਦ ਕਹਿ ਲਓ, ਤੁਸੀਂ ਉਹਨੂੰ ਫੇਥ ਕਹਿ ਲਓ, ਤੁਸੀਂ ਉਹਨੂੰ ਰੱਬ ਕਹਿ ਲਓ, ਕੁਛ ਵੀ ਨਾਮ ਦੇ ਦਿਓ। ਤਾਂ ਉਸ ਲੋਕੇਸ਼ਨ 'ਤੇ ਮੈਡੀਕਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਤੱਕ ਮੇਰਾ ਸਫ਼ਰ ਹੈ ਇਸ ਦੁਨੀਆ ਦੇ ਵਿੱਚ, ਜਿੰਨੀ ਕੁ ਦੇਰ ਮੈਂ ਇਸ ਮੇਲੇ ਦਾ ਮਹਿਮਾਨ ਹਾਂ ਇਸ ਦੁਨੀਆ 'ਚ, ਮੈਂ ਇੱਕੋ ਹੀ ਚੀਜ਼ ਦੇ ਵਿੱਚ ਲੱਗਿਆ ਹੋਇਆ ਕਿ ਇਸ ਇੱਕ ਜ਼ਰੀਆ ਫਾਊਂਡੇਸ਼ਨ ਦੀ ਇੱਕ ਐਸੀ ਬਿਲਡਿੰਗ ਬਣਾ ਲਾਂ ਕਿ ਆਉਣ ਵਾਲੇ 100, 150, 200 ਸਾਲ ਬਾਅਦ ਵੀ ਲੋਕ ਇਸ ਚੀਜ਼ ਤੋਂ ਫਾਇਦਾ ਲੈਂਦੇ ਰਹਿਣ, ਅਤੇ ਇਸ ਐਨ ਜੀ ਓਜ਼ ਦੇ ਨਾਮ 'ਤੇ ਕੋਈ ਬਿਜ਼ਨਸ ਨਾ ਹੋਵੇ। ਕਿਉਂਕਿ ਲੋਕ ਹਮੇਸ਼ਾ ਇਹੀ ਸੁਣਦੇ ਸੀ ਐਨ ਜੀ ਓ ਮਤਲਬ ਬਿਜ਼ਨਸ, ਐਨ ਜੀ ਓ ਮਤਲਬ ਬਿਜ਼ਨਸ। ਜਦੋਂ ਅਸੀਂ ਵੀ ਕਾਲਜ 'ਚ ਪੜ੍ਹਦੇ ਸੀਗੇ ਤਾਂ ਇਹੀ ਸੁਣ ਸੁਣ ਕੇ ਵੱਡੇ ਸੀਗੇ ਕਿ ਐਨ ਜੀ ਓ ਮੀਨਸ ਬਿਜ਼ਨਸ, ਬਲੈਕ ਮਨੀ ਵਾਈਟ ਮਨੀ ਕਰ ਲਓ। ਤੁਸੀਂ ਮੈਨੂੰ ਵੀ ਫੋਨ ਆਉਂਦੇ ਨੇ ਕਿ ਮੇਰੀ ਕੰਪਨੀ ਨੇ 1 ਕਰੋੜ ਰੁਪਇਆ ਤੁਹਾਨੂੰ ਦੇਣਾ, ਤੁਸੀਂ ਵਾਪਸ ਕਿੰਨੇ ਦਿਓਗੇ? ਮੈਂ ਕਿਹਾ ਮੇਰੇ ਕੋਲ 1100 ਸਾਈਕਲ ਲੈ ਜੀ, ਆਪਣੀ ਬੁੱਧੀ ਠੀਕ ਕਰਾ ਲਈ, ਮੈਨੂੰ 1 ਕਰੋੜ ਨਹੀਂ ਚਾਹੀਦਾ। ਪੈਸੇ ਦਾ ਤਾਂ ਰੌਲਾ ਹੀ ਹੈ ਨਹੀਂ ਨਾ, ਪੈਸੇ ਦਾ ਕੀ ਰੌਲਾ? ਤਾਂ ਇੱਦਾਂ ਦੀਆਂ ਕੰਪਨੀਜ਼ ਕਰਦੀਆਂ ਨੇ, 1 ਕਰੋੜ ਰੁਪਏ ਤੁਹਾਨੂੰ ਦੇਣਗੀਆਂ ਕੈਸ਼ ਅਕਾਊਂਟ 'ਚ, ਤੁਹਾਡੇ ਕੋਲ 50 ਲੱਖ ਲੈ ਲੈਣਗੀਆਂ, ਕਿਤਾਬਾਂ 'ਚ ਪਾ ਦੇਣਗੀਆਂ ਕਿ ਅਸੀਂ ਬਹੁਤ ਵੱਡੇ ਦਾਨੀ ਹਾਂ। ਪਰ ਤੁਸੀਂ ਦਿਖਾਉਣ ਲਈ ਦਾਨੀ ਨਹੀਂ ਬਣਨਾ, ਤੁਸੀਂ ਕਰਨ ਲਈ ਦਾਨੀ ਬਣਨਾ। ਤੁਸੀਂ ਕਿਸੇ ਦਾ ਅਹਿਸਾਨ ਨਹੀਂ ਕਰਨਾ ਕਿ ਦੇਖ ਮੈਂ ਦਾਨ ਕਰਵਾ, ਆਪਣਾ ਕਰਮ ਸੁਧਾਰਨਾ। ਇਹ ਟਾਈਮ ਸਦਾ ਇੱਕੋ ਨਹੀਂ ਰਹਿੰਦਾ, ਪਦਵੀ ਇੱਕੋ ਨਹੀਂ ਰਹਿੰਦੀ। ਜਦੋਂ ਤਲਾਬ ਭਰਿਆ ਹੁੰਦਾ ਨਾ, ਤਾਂ ਮੱਛਲੀਆਂ ਚੀਟੀਆਂ ਨੂੰ ਖਾਂਦੀਆਂ, ਤਾਂ ਤਲਾਬ ਖਾਲੀ ਹੁੰਦਾ ਫਿਰ ਚੀਟੀਆਂ ਮੱਛਲੀਆਂ ਨੂੰ ਖਾਂਦੀਆਂ। ਇਹ ਨਾ ਭੁੱਲੋ ਕਦੇ ਕਿ ਇਹ ਵਕਤ ਹੈ, ਹਰ ਤੇ ਆਏ ਕਿਸੇ 'ਤੇ ਜ਼ੁਲਮ ਓਨਾ ਹੀ ਕਰੋ ਜਿੰਨਾ ਕੁ ਸਹਿ ਸਕੋ, ਜੇ ਸਹਿਣ ਦੀ ਤਾਕਤ ਨਹੀਂ ਹੈ ਫਿਰ ਕਰੋ ਵੀ। ਤਾਂ ਬਹੁਤ ਧੰਨਵਾਦ, ਬੜਾ ਵਧੀਆ ਲੱਗਿਆ ਤੁਹਾਡਾ ਗੱਲਬਾਤ ਕਰਕੇ। ਜੇ ਤੁਸੀਂ ਕੁਛ ਪੁੱਛਣਾ ਚਾਹੁੰਦੇ ਹੋ, ਮੈਂ ਕੋਈ ਬਿਜ਼ਨਸ ਮਾਡਲ ਦੇ ਹਿਸਾਬ ਨਾਲ ਤਾਂ ਨਹੀਂ ਤੁਹਾਨੂੰ ਜਵਾਬ ਦੇ ਸਕਦਾ, ਪਰ ਜੇ ਫਿਰ ਵੀ ਤੁਹਾਡੇ ਮਨ 'ਚ ਕੋਈ ਸਵਾਲ ਹੈ ਤੁਸੀਂ ਪੁੱਛ ਸਕਦੇ। ਲਾਈਫ ਮਾਡਲ ਇਜ਼ ਬੈਟਰ ਦੈਨ ਬਿਜ਼ਨਸ ਮਾਡਲ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਇੱਕ ਤਰਫ ਆਪ ਲਿਖ ਲਓ ਕਿ ਕਿਤਨਾ ਬਲੈਸਡ ਹੋ ਆਪ, ਇੱਕ ਤਰਫ ਲਿਖ ਲਓ ਕਿਆ ਨਹੀਂ ਹੈ। ਲਿਖਣੇ ਵਾਲੀ ਤਾਂ ਲਿਸਟ ਖਤਮ ਹੀ ਨਹੀਂ ਹੋਗੀ। ਆਪ ਕੋਵਿਡ ਮੇਂ ਬਚ ਗਏ, ਆਪ ਭੂਕੰਪ ਮੇਂ ਬਚ ਗਏ, ਆਪਕੀ ਆਂਖੇਂ ਠੀਕ ਹੈ, ਆਪਕੀ ਹੈਲਥ ਠੀਕ ਹੈ, ਆਪਕੇ ਕੱਪੜੇ ਅੱਛੇ, ਆਪਕੀ ਫੈਮਿਲੀ ਅੱਛੀ ਹੈ, ਲਿਸਟ ਹੀ ਨਹੀਂ ਖਤਮ ਹੋਗੀ। ਲਿਖਣੇ ਪਿਆ ਜਾਓ, ਔਰ ਦੁੱਖ ਲਿਖ ਲਓ, 4 ਰੁਪਏ ਪੈਨਸਲ ਰੁਕ ਜਾਏਗੀ, ਬਸ 4 ਹੀ ਹੈ। ਜਬ ਇਹ ਲਿਸਟ ਇਤਨੀ ਲੰਬੀ ਹੈ ਤਾਂ ਇਹ ਲਿਸਟ ਕੇ ਬਾਰੇ ਮੈਂ ਕਿਉਂ ਸੋਚਣਾ ਯਾਰ? ਜਬ ਮੁਹੱਬਤ ਕਰਨੇ ਪਿਆ ਹੈ ਤਾਂ ਫਿਰ ਕਾਂਟੇ ਵੀ ਸਾਥ ਹੀ ਸਹੋ, ਮੁਹੱਬਤ ਪਰਮਾਤਮਾ ਸੇ। ਮੈਂ ਦੁਨੀਆ ਕੀ ਮੁਹੱਬਤ ਨਹੀਂ ਬਾਤ ਕਰ ਰਿਹਾ, ਜੀ ਧੋਖਾ ਦੇ ਦਿੰਦੇ। ਦੁਨੀਆ ਸੇ ਮੁਹੱਬਤ ਕਰੋਗੇ ਜੇ ਛੋੜ ਜਾਏਂਗੇ, ਖੁਦਾ ਕਭੀ ਨਹੀਂ ਛੋੜੇਗਾ। I am doing for animals, but the problem is ki sadi society ch bandeyan da hi haal janwaran wala hai, main janwaran wala dekhi sochda. I am a dog lover. Bahut mainu speech da tujhe time ta deo, main tonu bore kyun hunda? Very good. Sir, ki taadiyan. ਜਿਨ ਡੋਗਸ ਕੀ ਮੈਂ ਬਾਤ ਕਰ ਰਹਾ ਹੂੰ, ਵੋ ਇੱਕ ਬਾਏ ਪ੍ਰੋਡਕਟ ਹੈ ਕਿ ਮੇਰੀ ਮਜਬੂਰੀ ਹੈ ਕਿ ਮੁਝੇ ਉਨਕੋ ਫੀਡ ਕਰਨਾ ਪੜਾ। ਮਜਬੂਰੀ ਕਿਆ? ਸੁਬਹ 4 ਵਜੇ ਨੀਂਦ ਖੁੱਲ ਜਾਂਦੀ ਹੈ,
कोई रीजन नहीं, कोई प्रॉब्लम नहीं है। सुबह 4 बजे उठता हूँ, फ्रेश होता हूँ, आया धोया निकल गया। उसके बाद जितने मेरी वाइफ का स्कूल मेरे घर से 18 किलोमीटर दूर है, 18 किलोमीटर के अंदर मैंने 20 पॉइंट्स बनाए हुए और मुझसे पहले वो वहाँ होते हैं। ਮੈਂ ਤੁਹਾਨੂੰ ਇੱਕ ਵੀਡੀਓ ਦਿਖਾਣਾ, ਸ਼ਾਇਦ ਪਤਾ ਨਹੀਂ ਤੁਹਾਨੂੰ ਪਤਾ ਹੀ ਨਹੀਂ ਪਤਾ। ਮੈਂ ਤੁਹਾਨੂੰ ਤੁਸੀਂ ਜਾਨਵਰਾਂ ਦੀ ਗੱਲ ਕੀਤੀ ਨਾ, ਮੈਂ ਤੁਹਾਨੂੰ ਬੰਦੇ ਦਿਖਾਣਾ ਜਿਨ੍ਹਾਂ ਦੇ ਸਰੀਰ 'ਚ ਬਾਥਰੂਮ ਵਾਲੀ ਜਗ੍ਹਾ 'ਤੇ ਕੀੜੇ ਚੱਲ ਰਹੇ ਨੇ ਸਾਡੇ ਸਮਾਜ 'ਚ, ਅਤੇ ਯਾਰ ਉਹਨਾਂ ਦਾ ਹਾਲ ਜਾਨਵਰਾਂ ਤੋਂ ਵੱਧ ਹੋਏਗਾ, ਮੈਂ ਜਾਨਵਰਾਂ ਬਾਰੇ ਕੀ ਕਰਾਂ। ਕੀੜੇ ਮਤਲਬ ਮੱਖੀਆਂ ਨਹੀਂ, ਛੋਟੇ ਛੋਟੇ ਕੀੜੇ ਚੱਲਦੇ ਨੇ ਸਰੀਰ 'ਚ, ਮੈਗਟਸ। ਇੱਥੋਂ ਹਿਸਾਬ ਲਾ ਲਓ ਕਿ ਅਸੀਂ ਕਿੱਥੇ ਖੜ੍ਹੇ ਹਾਂ। ਜਾਨਵਰ ਲਈ ਮੈਂ ਕਰਨਾ ਚਾਹੁੰਦਾ, ਪਰ ਸੁਸਾਇਟੀ 'ਚ ਇੱਥੇ ਬੰਦਿਆਂ ਦਾ ਹੀ ਹਾਲ ਜਾਨਵਰਾਂ ਵਾਲਾ। ਜਾਨਵਰਾਂ ਲਈ ਛੋਟੀ ਜਿਹੀ ਮੈਂ ਚੀਜ਼ ਕੀਤੀ ਸੀ, ਇੱਕ ਸਾਡੇ ਲੁਧਿਆਣੇ ਐਨ ਜੀ ਓ ਹੈ, ਉਹਨਾਂ ਦੀ ਵੀਡੀਓ ਵਾਇਰਲ ਹੋ ਗਈ ਸੋਸ਼ਲ ਮੀਡੀਆ 'ਤੇ ਕਿ ਕੋਵਿਡ ਦੇ ਵਿੱਚ ਡੋਨੇਸ਼ਨ ਨਾ ਹੋਣ ਕਰਕੇ ਉਹਨਾਂ ਕੋਲ 500 ਬੱਚੇ ਸੀ, ਸਟ੍ਰੇ ਡੌਗਸ 500, ਅਤੇ ਉਹ ਵਿਚਾਰੇ ਭੁੱਖੇ ਮਰ ਰਹੇ ਸੀ ਕਿ ਸਾਡੇ ਕੋਲ ਖਾਣ ਲਈ ਨਹੀਂ ਹੈ। ਉਹ ਜਿਹੜੀ ਲੇਡੀ ਉਹਨੂੰ ਚਲਾ ਰਹੀ ਸੀ, ਉਹਨਾਂ ਡਿਪਰੈਸ਼ਨ 'ਚ ਚਲੀ, ਉਹ ਫੇਸਬੁੱਕ 'ਤੇ ਵੀਡੀਓਜ਼ ਪਈਆਂ, ਤੁਸੀਂ ਦੇਖ ਲਿਓ। ਕਿਉਂਕਿ ਮੈਂ ਐਸੀ ਕੋਈ ਗੱਲ ਨਹੀਂ ਕਰਕੇ ਜਾਊਂਗਾ ਨਾ ਕਿ ਕੱਲ੍ਹ ਨੂੰ ਅਨਮੋਲ ਕੁਆਤਰਾ ਤੁਹਾਨੂੰ ਕਦੇ ਮਿਲੇ ਹੀ ਨਾ, ਕਿਉਂਕਿ ਮੈਂ ਕੋਈ ਐਕਟਰ ਤਾਂ ਹੈ ਨਹੀਂ ਕਿ ਮੈਨੂੰ ਮਿਲਣ ਵਾਸਤੇ ਤੁਹਾਨੂੰ ਸਿਕਿਉਰਿਟੀ ਲੌਕ ਕਰਨੀ ਪੈਣੀ ਅਤੇ ਮੈਨੂੰ ਪੈਸੇ ਦੇਣੇ ਪੈਣੇ। ਮੈਂ ਫ੍ਰੀ ਬੰਦਾ। ਸਿਟੀ ਯੂਨੀਵਰਸਿਟੀ ਦਾ ਤਾਂ ਮੈਂ ਵੈਸੇ ਹੀ ਬ੍ਰਾਂਡ ਮੈਨੇਜਰ, ਉਹਨਾਂ ਦੇ ਹਰ ਪ੍ਰੋਗਰਾਮ 'ਚ ਮੈਨੂੰ ਇੰਨਾ ਮਾਣ ਦਿੰਦੇ ਨੇ, ਮੈਂ ਤਾਂ ਇੱਦਾਂ ਦਾ ਬੰਦਾ ਕਿ ਮੈਨੂੰ ਕਿਤੇ ਕੋਈ ਵੀ ਰੋਕ ਸਕਦਾ ਹੱਥ ਫੜ ਕੇ। ਤਾਂ ਕੋਵਿਡ ਦੇ ਵਿੱਚ ਜਦੋਂ ਮੈਂ ਵੀਡੀਓ ਦੇਖੀ, ਮੇਰੇ ਪਾਪਾ ਕਹਿੰਦੇ ਕਿ ਨਾ ਛੋਟੀ ਜਿਹੀ ਸੇਵਾ ਤੁਸੀਂ ਜਾ ਕੇ ਉਹਨੂੰ ਕਰ ਆਇਓ, ਪੈਡੀਗਰੀ ਦਿਓ ਉਹਨੂੰ 50 ਕਿਲੋ 100 ਕਿਲੋ। ਉਹ ਲੇਡੀ ਨੂੰ ਮੈਂ ਮੋਰਲੀ ਮੋਟੀਵੇਟ ਕਰਨ ਦੀ ਕੋਸ਼ਿਸ਼ ਕੀਤੀ, ਉਹ ਡਿਪਰੈਸ਼ਨ 'ਚ ਚਲੀ ਕਿ ਮੇਰੇ 500 ਕੁੱਤੇ, ਉਹ ਵੀ ਡੌਗ ਲਵਰ ਸੀ, ਉਹਦੇ ਕੋਲ 500 ਉਹ ਡੌਗ ਸੀਗੇ ਜਿਹੜੇ ਵਿਚਾਰੇ ਜਦ ਲੱਤ ਕੱਟੀ ਗਈ ਜਿਹਨਾਂ ਦੇ ਕੀੜੇ, ਉਹ ਡੌਗ ਸੀ। ਮੈਂ ਉਹਨੂੰ ਕਾਲ ਕੀਤਾ ਭੈਣ ਨੂੰ ਕਿ ਹਾਂ ਭੈਣੇ ਮੈਂ ਅਨਮੋਲ ਬੋਲ ਰਿਹਾ, ਉਹ ਬਹੁਤ ਚਾਅ ਚੜ ਗਿਆ ਉਹਨੂੰ ਕਿ ਤੁਹਾਡਾ ਫੋਨ ਆ ਗਿਆ ਜੀ, ਉਹ ਤੁਸੀਂ ਆਓ ਮੇਰੇ ਕੋਲ। ਉੱਥੇ ਗਿਆ, ਉਹਦੇ ਕੋਲ ਕੋਈ ਘਰ ਨਹੀਂ ਸੀ, ਉਹ ਸਿਰਫ ਇੱਕ ਖਾਲੀ ਪਲੋਟ ਦੇ ਵਿੱਚ ਕਿਸੇ ਪਲੋਟ ਵਿੱਚ ਡੌਗਸ ਰੱਖਦੀ ਸੀ। ਅਸੀਂ ਇੱਕ ਸੋਸ਼ਲ ਮੀਡੀਆ 'ਤੇ ਵੀਡੀਓ ਪਾਈ, ਜਿਵੇਂ ਤੁਸੀਂ ਡੌਗ ਲਵਰ ਹੋ ਸਾਨੂੰ ਦੇਖਦੇ ਹੋ, ਹੋਰ ਵੀ ਡੌਗ ਲਵਰ ਹੋਣਗੇ, ਅਸੀਂ ਉਹਨਾਂ ਦੀ ਵੀਡੀਓ ਪਾਈ ਕਿ ਇੱਦਾਂ ਦਾ ਡੌਗ ਲਵਰ ਹੈ। ਕਿਉਂਕਿ ਮੈਂ ਸਾਰਾ ਕੁਛ ਨਹੀਂ ਕਰ ਸਕਦਾ, ਕਿੰਨੇ ਫੀਲਡ ਨੇ ਸੇਵਾ ਕਰਨ ਵਾਲੇ, ਬਰਡਸ ਲਈ, ਐਨੀਮਲਸ ਲਈ, ਤੁਸੀਂ ਫੀਮੇਲ ਫੀਟੀ ਸਾਈਡ, ਬੜੇ ਟੋਪਿਕਸ ਨੇ ਜਿਹਨਾਂ ਤੁਸੀਂ ਸਮਾਜ ਸੇਵਾ ਕਰ ਸਕਦੇ ਹੋ। ਬਟ ਯੂ ਸ਼ੁੱਡ ਬੀ ਪਰਫੈਕਟ ਇਨ ਵਨ ਫੇਸ, ਇੱਕ ਚੀਜ਼ 'ਚ ਐਂਡ ਕੱਢ ਦਿਓ। ਜਿਸ ਕਹਿੰਦੇ ਨੇ ਕਿ ਦੋ ਪੈਰਾਂ 'ਚ ਨਾਵ 'ਚ ਚਲਾਉਂਗਾ ਤਾਂ ਡੁੱਬੋ, ਤਾਂ ਇੱਕ ਨਾਵ ਚਲੋ। ਤਾਂ ਉਸ ਦਿਨ ਅਸੀਂ ਉਹਦੀ ਵੀਡੀਓ ਪਾ ਕੇ ਸੋਸ਼ਲ ਮੀਡੀਆ 'ਤੇ ਕਿ ਭਾਈ ਆਹ ਇਹਦੀ ਸਿਚੁਏਸ਼ਨ ਆ, ਇਹਦੀ ਕੋਈ ਹੈਲਪ ਕਰ ਲਓ। ਤੁਸੀਂ ਯਕੀਨ ਮੰਨੋ ਬਾਈ ਜੀ, ਉਹ ਵੀਡੀਓਜ਼ ਇੰਨੇ ਲੋਕਾਂ ਨੇ ਦੇਖੀ, ਉਹਨੂੰ 700 ਗਜ਼ ਦਾ ਘਰ ਲੈ ਦਿੱਤਾ ਕੁੱਤਿਆਂ ਵਾਸਤੇ, ਅਤੇ ਟ੍ਰਿਪਲ ਸਟੋਰੀ ਆ ਜੋ ਘਰ ਬਣਿਆ ਹੋਇਆ। ਹੁਣ ਇੰਨੀ ਦੁਨੀਆ ਉਹਨਾਂ ਨਾਲ ਜੁੜ ਗਈ ਕਿ ਉਹ ਡੌਗਸ ਦੀ ਇੰਨੀ ਸੇਵਾ ਕਰ ਰਹੇ ਨੇ। ਦੇਖੋ ਮੈਂ ਨਹੀਂ ਕਰ ਰਿਹਾ, ਪਰ ਜਦੋਂ ਤੁਹਾਡੇ ਕੋਲ ਇੱਕ ਪਲੈਟਫਾਰਮ ਆਉਂਦਾ ਨਾ, ਮੈਨੂੰ ਹੈਵ ਮਿਲੀਅਨਸ ਆਫ ਫਾਲੋਅਰਸ, ਲੋਕ ਸੋਚਦੇ ਨੇ ਕਿ ਮੈਂ ਕਮਾਏ ਨੇ, ਮੈਂ ਕਿਉਂ ਦਵਾਂ। ਸਾਡਾ ਪਲੈਟਫਾਰਮ ਐਸਾ ਪਲੈਟਫਾਰਮ ਹੈ ਜਿਹਦੇ 'ਚ ਅਸੀਂ ਕਹਿੰਦੇ ਹਾਂ ਕਿ ਵੈਨ ਆਈ ਵਾਜ਼ ਹੈਵਿੰਗ ਜ਼ੀਰੋ ਇੰਸਟਾਗ੍ਰਾਮ ਫਾਲੋਅਰਸ, ਆਈ ਕੈਨ ਫੀਲ ਦੈਟ ਪੇਨ। ਟੁਡੇ ਵੀ ਆਰ ਹੈਵਿੰਗ 1.3 million ਔਨ ਫੇਸਬੁੱਕ, 3 million ਔਨ ਯੂਟਿਊਬ, ਵੀ ਹੈਵ ਮਿਲੀਅਨ ਆਫ ਫਾਲੋਅਰਸ, ਬਟ ਆਈ ਰਿਮੈਂਬਰ ਦੈਟ ਡੇ ਜਦੋਂ ਮੇਰੇ 0 ਫਾਲੋਅਰਸ, ਤੇ ਨੋਬਡੀ ਵਾਜ਼ ਰੈਡੀ ਟੂ ਲਿਸਨ ਮੀ। ਉਦੋਂ ਵੀ ਮੈਂ ਅਨਮੋਲ ਇਹੀ ਸੀ, ਕੌਣ ਆ ਜਵਾਕ ਦੇ, ਚਲੋ ਉਹਨੂੰ ਬਾਹਰ ਭੇਜੋ। ਉਦੋਂ ਅਨਮੋਲ ਕੁਛ ਨਹੀਂ ਸੀ, 8 ਸਾਲ ਲੱਗੇ ਪਲੈਟਫਾਰਮ ਬਣਾਉਣ 'ਚ। ਪਰ ਅੱਜ ਇਸ ਪਲੈਟਫਾਰਮ ਨੂੰ ਬਣਾ ਕੇ ਮੈਂ ਮਾਣ ਨਹੀਂ ਕਰਨਾ ਚਾਹੁੰਦਾ ਕਿ ਮੈਂ ਬਣਾਇਆ ਅਤੇ ਮੈਂ ਹੀ ਯੂਜ਼ ਕਰੂੰ। ਇਸ ਪਲੈਟਫਾਰਮ ਨੂੰ ਹਰ ਬੰਦਾ ਆ ਕੇ ਯੂਜ਼ ਕਰ ਸਕਦਾ ਜਿਹੜਾ ਬਿਨਾਂ ਮਤਲਬ ਤੋਂ ਸੇਵਾ ਕਰਨਾ ਚਾਹੁੰਦਾ, ਉਹ ਭਾਵੇਂ ਕੋਈ ਵੀ ਹੋਵੇ, ਉਹਨੂੰ 0 ਤੋਂ ਸ਼ੁਰੂ ਕਰਨ ਦੀ ਲੋੜ ਨਹੀਂ। ਅਗਰ ਤੁਹਾਡੇ ਕੋਲ ਵੀ ਕੋਈ ਐਸਾ ਮਾਡਲ ਹੈ ਜਿਹਦੇ 'ਚ ਤੁਸੀਂ ਬਹੁਤ ਲੋਕਾਂ ਦਾ ਭਲਾ ਕਰ ਸਕਦੇ ਹੋ, ਤੁਹਾਡਾ ਵਿੱਚ ਕੋਈ ਬੈਨੀਫਿਟ ਨਾ ਹੋਵੇ, ਤੁਹਾਡੇ ਲਈ ਇਹ ਪਲੈਟਫਾਰਮ ਖਾਲੀ ਹੈ, ਕੋਈ ਪੈਸਾ ਨਹੀਂ ਲਾਉਂਗਾ ਮੈਂ, ਸਭ ਕੁਛ ਤੁਹਾਨੂੰ ਦਊਂਗਾ, ਤੁਹਾਡੇ ਨਾਲ ਖੜੂੰਗਾ। ਪਰ ਗੱਲ ਇਹ ਨਹੀਂ ਕਿ ਹਰ ਬੰਦਾ ਮੇਰੇ ਕੋਲ ਇਸ ਮਾਡਲ ਤਾਂ ਲੈ ਕੇ ਆਉਂਦਾ, ਪਰ ਕਿਤੇ ਨਾ ਕਿਤੇ ਬੈਕ ਆਫ ਦ ਮਾਇੰਡ ਉਹਦਾ ਪਰਸਨਲ ਬੈਨੀਫਿਟ ਹੁੰਦਾ। ਹੁਣ ਰੋਟੀ ਨੂੰ ਚੋਚੀ ਤਾਂ ਮੈਂ ਵੀ ਨਹੀਂ ਕਹਿੰਦਾ, ਮੈਂ ਸਮਝ ਜਾਂਦਾ। ਮੈਂ ਕਿਹਾ ਅੱਛਾ ਬਾਈ ਜੀ ਤੁਸੀਂ ਆਹ ਕਰਨਾ, ਨਹੀਂ ਨਹੀਂ ਬਾਈ ਨੂੰ ਤਾਂ ਫਿਰ ਪੇਟ ਤਾਂ ਸਭ ਦੇ ਲੱਗਿਆ ਨਾ, ਫਿਰ ਪੇਟ ਜੇ ਲੱਗਿਆ ਹੈ ਫਿਰ ਐਨ ਜੀ ਓ ਦਾ ਸਹਾਰਾ ਨਾ ਲਓ, ਫਿਰ ਤੁਸੀਂ ਡੌਗਸ ਦਾ ਸਹਾਰਾ ਨਾ ਲਓ ਰੋਟੀ ਖਾਣ ਲਈ, ਤੁਸੀਂ ਇਨਸਾਨੀਅਤ ਦਾ ਸਹਾਰਾ ਲਓ। ਤੁਸੀਂ ਸ਼ਰਿਆਮ ਕਹੋ ਮੈਂ ਬਿਜ਼ਨਸ ਕਰਦਾ, ਮੈਨੂੰ ਪੈਸੇ ਚਾਹੀਦੇ,
ਡਾਇਰੈਕਟ ਕੰਮ ਕਰੋ, ਜਿੱਦਾਂ ਹੁਣ ਪਿੱਛੇ ਹੁਣ ਸੋਸ਼ਲ ਮੀਡੀਆ ਤੇ ਵਿਵੇਕ ਬਿੰਦਲਾ ਜੀ ਦਾ ਸੰਦੀਪ ਮਿਸ਼ਰ ਦੇ ਰੌਲਾ ਚੱਲ ਰਿਹਾ। ਆਈ ਐਮ ਅ ਗ੍ਰੇਟ ਫੈਨ ਆਫ ਸੰਦੀਪ ਮਿਸ਼ਰ। ਮੈਂ ਉਸ ਬੰਦੇ ਦੇ ਜ਼ਿੰਦਗੀ ਚ ਪੈਰ ਛੂਣਾ ਚਾਹੁੰਦਾ ਇੱਕ ਵਾਰੀ, ਮੇਰਾ ਡ੍ਰੀਮ, ਹੀ ਇਜ਼ ਮਾਈ ਆਈਡਲ। ਕਿਉਂ? ਉਹ ਬੰਦਾ ਅੱਜ ਚਾਹੇ 5,000 ਕਰੋੜ ਰੁਪਇਆ ਕਮਾ ਸਕਦਾ, ਚਾਹੇ ਨਹੀਂ ਕਮਾ ਰਿਹਾ, ਇਨਸਾਨੀਅਤ, ਉਹ ਕਹਿੰਦਾ ਮੈਂ ਨਹੀਂ ਚਾਹੁੰਦਾ। ਹੁਣ ਉਹਨਾਂ ਦਾ ਰੌਲਾ ਚੱਲ ਰਿਹਾ, ਦੁਨੀਆਂ ਨੂੰ ਸਭ ਸਮਝ ਆ ਰਿਹਾ ਕੀ ਹੋ ਰਿਹਾ। ਮਿਸ ਸੈਲਿੰਗ ਨਹੀਂ ਕਰਨੀ ਕਦੀ, ਜ਼ਰੂਰੀ ਨਹੀਂ ਕਿ ਜੇ ਮੇਰੇ ਨਾਲ ਡਿਬੇਟ ਕਰਕੇ ਤੁਸੀਂ ਮੈਨੂੰ ਹਰਾ ਵੀ ਦਿਓ ਤਾਂ ਤੁਸੀਂ ਸਹੀ ਹੋ। ਮੇਰੇ ਕੋਲ ਸ਼ਬਦਾਂ ਦੀ ਕਮੀ ਹੋ ਸਕਦੀ ਹੈ, ਮੈਂ ਤੁਹਾਨੂੰ ਨਹੀਂ ਸਮਝਾ ਪਾ ਰਿਹਾ। ਉਹੀ ਉੱਥੇ ਚੱਲ ਰਹੀ ਹੈ ਨਾ, ਇੱਕ ਬੰਦਾ ਬਹੁਤ ਅਗਰੈਸਿਵ ਬੋਲਣ ਵਾਲਾ, ਕ੍ਰਿਟੀਸਾਈਜ਼ ਕਰਨ ਵਾਲਾ, ਪੈਗੋਲ ਵਾਲਾ, ਉਹਦੇ ਤੋਂ ਗਲਤ ਹੈਗਾ, ਮੰਨ ਜਾ। ਅਸੀਂ ਇੱਕ ਝੂਠ ਨੂੰ ਛੁਪਾਉਣ ਲਈ ਹੋਰ ਝੂਠ ਬੋਲਦੇ ਹਾਂ, ਨਹੀਂ, ਗਲਤੀ ਹੋ ਗਈ, ਮੰਨ ਲਓ, ਮਾਫ਼ੀ ਮੰਗ ਲਓ, ਖਤਮ, ਅੱਗੇ ਦੁਬਾਰਾ ਸ਼ੁਰੂਆਤ। ਗਲਤ ਕੰਮ ਕਰਕੇ ਕਿਸੇ ਦਾ ਦਿਲ ਦੁਖਾ ਕੇ ਕਿਸੇ ਨੂੰ ਬੇਵਕੂਫ ਬਣਾ ਕੇ ਨਾ ਪੈਸੇ ਲੈ ਕੇ ਜਾਓ, ਇਹ ਨਿਕਲਣਗੇ, ਇਹ ਹੋਸਪਿਟਲ 'ਚ ਨਿਕਲਣ, ਨੁਕਸਾਨ ਹੋਵੇ ਉਦੋਂ ਫਿਰ ਆਪਾਂ ਪਛਤਾਵਾਂਗੇ। ਬੜਾ ਚੰਗਾ ਲੱਗਿਆ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਕੇ, ਤੁਹਾਡੇ ਫੇਸ ਆਫ ਐਕਸਪ੍ਰੈਸ਼ਨ ਮੈਨੂੰ ਦੱਸ ਦਿੰਦੇ ਨੇ ਕਿ ਕਿੰਨਾ ਕਨੈਕਟਡ ਆ। ਹਾਂਜੀ ਸਰ, ਪੁੱਛਣਾ ਚਾਹਤੇ ਆਪ? ਮਜ਼ਾ ਆ ਗਿਆ, ਆਨੰਦ ਸਰ, ਆਨੰਦ। ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ।